ਪੰਜਾਬ ਅਤੇ ਪੰਜਾਬੋਂ ਬਾਹਰ ਬੈਠੇ ਮੇਰੇ ਸਨੇਹੀ ਦੋਸਤ, ਮੇਰੇ ਆਲੋਚਕ ਅਤੇ ਮੇਰੇ ਖੈਰ ਗਵਾਹ ਦੋਸਤੋ, ਨਮਸਤੇ, ਸਤਿ ਸ਼੍ਰੀ ਅਕਾਲ ਅਤੇ ਸਲਾਮ ਕਬੂਲ ਕਰੋ। ਤੁਸੀਂ ਮੇਰੀਆਂ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਤੁਹਾਡੇ ਪਿਆਰ ਸਦਕੇ ਮੇਰੀਆਂ ਸਾਰੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਡੁਪਲੀਕੇਟ ਸੀਡੀਆਂ ਨਾ ਖਰੀਦੋ, ਓਰੀਜਨਲ ਕੈਸਟਾਂ ਹੀ ਖਰੀਦੋ, ਕਿਉਂਕਿ ਡੁਪਲੀਕੇਟ ਜਿਹੜੀ ਸੀਡੀ ਹੁੰਦੀ ਹੈ ਉਹਦੇ ਵਿੱਚ ਕੁਆਲਿਟੀ ਵੀ ਅੱਛੀ ਨਹੀਂ ਹੁੰਦੀ ਅਤੇ ਉਹ ਕੱਟੀ ਵੀ ਹੁੰਦੀ ਹੈ। ਸੋ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ, ਅਗਰ ਤੁਸੀਂ ਸਾਨੂੰ ਪਿਆਰ ਕਰਦੇ ਹੋ ਤਾਂ ਓਰੀਜਨਲ ਸੀਡੀਆਂ ਹੀ ਖਰੀਦੋ। ਆਓ ਵੇਖਦੇ ਹਾਂ ਫੈਮਿਲੀ 426। ਸਾਡੇ ਤਾਂ ਕੋਈ ਤੇਜਾ ਨੀ ਜੀ। ਓਏ ਰੰਗਾ ਬਦਮਾਸ਼ ਹੈ ਮੇਰਾ ਨਾਂ। ਓਏ 10 ਕਤਲ ਕੀਤੇ ਆ ਮੈਂ 10 ਤੇ 11ਵਾਂ ਤੇਜੇ ਦਾ ਕਰਦੇ। ਓਏ ਆ ਵੇਖ ਆ ਵਾ ਤੇਜਾ। ਓਏ ਤੇਜਾ ਨਹੀਂ ਜੀ, ਇਹ ਤਾਂ ਸਾਡਾ ਬਾਪੂ ਹੈ ਕੈਲਾ ਬੁੜਾ। ਸਰੀਰ ਤੇਜੇ ਦਾ ਜੀ, ਵਿੱਚ ਆਤਮਾ ਕੈਲੇ ਬੁੜੇ ਦੀ ਹੈ। ਬਕਵਾਸ ਨਾ ਕਰ ਓਏ। ਮੇਰੀ ਗੱਲ ਸੁਣੋ ਜੀ, ਭੋਲਾ ਸਹੀ ਕਹਿੰਦਾ ਜੀ, ਮੇਰੇ ਬਾਪੂ ਦਾ ਕਤਲ ਹੋ ਗਿਆ ਸੀ, ਗੁੰਡਾ ਨੇ ਮੇਰੇ ਬਾਪੂ ਨੂੰ ਮਾਰਤਾ ਸੀ ਤੇ ਧਰਮ ਰਹਿਣਾ ਉਹਦੇ ਵਿੱਚ ਨਾ ਆਤਮਾ ਪਾ ਦਿੱਤੀ ਆਪਦੀ। ਕਿੱਥੇ ਆ ਹੀਰਾ? ਕਿਹੜਾ ਹੀਰਾ? ਉਹ ਪੂਰੇ 10 ਕਰੋੜ ਦਾ ਹੀਰਾ। ਓਏ ਬਾਬੇ ਯਾਰ, ਤੈਨੂੰ ਤਾਂ ਨਹੀਂ ਫੜਾਇਆ ਕਿਤੇ? ਸਾਨੂੰ ਤਾਂ ਜੀ ਉਹਨੇ ਕਦੇ 10 ਰੁਪਏ ਨਹੀਂ ਫੜਾਏ ਹੈਗੇ ਜੀ। ਓਏ ਮੇਰਾ ਹੀਰਾ ਮੇਰੇ ਹਵਾਲੇ ਕਰ ਦਿਓ, ਨਹੀਂ ਤਾਂ ਪੂਰੇ ਟੱਬਰ ਨੂੰ ਫੂਕ ਕੇ ਰੱਖ ਦੂੰ। ਅਸੀਂ ਆ ਗਏ ਪ੍ਰਾਣਾ ਜੀ, ਡਰਨ ਦੀ ਕੋਈ ਲੋੜ ਨਹੀਂ, ਅਕਸਰ ਸਾਡੀ ਵੀ ਕੋਈ ਇੱਜ਼ਤ ਹੈ। ਓਏ ਨਾਲੇ ਮੇਰਾ ਨਾਂ ਮੱਦੀ ਬਦਮਾਸ਼ ਆ। ਓਏ ਮੈਂ ਤਾਂ ਬੜੇ ਬੜੇ ਬਦਮਾਸ਼ਾਂ ਨੂੰ ਸਿੱਧਾ ਕਰਿਆ। ਓਏ ਮੇਰਾ ਨਾਂ ਰੰਗਾ ਏ ਰੰਗਾ, ਦਾੜੀ ਫ੍ਰੈਂਚ, ਸਿਰ ਤੋਂ ਗੰਜਾ। ਰੰਗਾ ਜੀ ਅਸੀਂ ਤਾਂ ਇਹਨੂੰ ਜਾਣਦੇ ਨਹੀਂ, ਪਤਾ ਨਹੀਂ ਕੌਣ ਆ ਕੌਣ ਆ ਵਧੀਆ। ਓ ਸਾਡੇ ਕੰਨੀਓ ਤਾਂ ਇਹਨਾਂ ਦਾ ਵਜੂਦ ਖਤਮ ਕਰ ਦੋ ਜੀ, ਇਹਨਾਂ ਨੂੰ ਗੋਲੀ ਮਾਰ ਦੋ ਜੀ ਗੋਲੀ। ਕਹਿ ਦੇਣਾ ਤੇਜੇ ਨੂੰ ਮੇਰਾ ਹੀਰਾ ਮੇਰੇ ਹਵਾਲੇ ਕਰ ਦੇ। ਓਏ ਮੇਰੇ ਅੱਡੇ ਬਾਰੇ ਜਾਣਦਾ ਵਾ,
ਜੇ ਮੇਰਾ ਹੀਰਾ ਮੈਨੂੰ ਨਾਣਾ ਮਿਲਿਆ ਤਾਂ ਪੂਰੇ ਪਿੰਡ ਦੇ ਸਾਹਮਣੇ ਨੰਗਿਆਂ ਕਰ ਦੂੰਗਾ। ਚਲੋ ਓਏ, ਚੱਲ ਬਾਬੇ ਕੋਈ ਨਾ ਫੇਰ ਆ ਜਾਵਾਂਗੇ। ਲੈ ਹਾਲੇ ਤਾਂ ਪ੍ਰਾਹੁਣਾ ਜੀ ਮੇਰੀ ਅਣਖਣੀ ਜਾਗੀ, ਮੇਰੇ ਡੋਲੇ ਨਹੀਂ ਫੜਕੇ। ਆ ਲੰਡੂ ਜਾ ਤੁਹਾਡੇ ਥੱਪੜ ਮਾਰ ਜਾਂਦਾ, ਸਾਡੀ ਵੀ ਕੋਈ ਇੱਜ਼ਤ ਹੈ। ਮੇਰਾ ਸਾਲਿਆ ਇੱਜ਼ਤ ਦਿਆ। ਓਏ ਪ੍ਰਾਹੁਣਾ ਜੀ, ਓਏ ਮੈਨੂੰ ਵੀ ਹਲੇ ਪੂਰਾ ਰੋਬ ਨਹੀਂ ਤੀ ਚੜਿਆ। ਓਏ ਤੁਹਾਡੇ ਕੋਈ ਉਂਗਲੀ ਲਾ ਜੇ, ਓਏ ਮੈਂ ਤਾਂ ਉਹਦਾ ਗੁੱਟ ਵੜ ਦੂ। ਮੇਰਾ ਸਾਲਿਆ ਗੁੱਟ ਦਿਆ। ਤੁਸੀਂ ਸੋਚੋ ਲੰਡੂਓ, 10 ਕਰੋੜ ਦਾ ਹੀਰਾ। ਉਹ ਇਹਦਾ ਮਤਲਬ ਹੈ ਪਹਿਲਾਂ ਆਪਣਾ ਬਾਪੂ ਕੋਈ ਸਮਗਲਰ ਸੀ, ਉਹਦਾ ਕੋਈ ਗਰੋਹ ਸੀ। ਓਏ ਬਾਈ, ਦਾਲ ਚ ਕੁਛ ਕਾਲਾ ਹੈ। ਓਏ ਦਾਲ ਚ ਕੁਛ ਕਾਲਾ ਨਹੀਂ, ਸਾਰੀ ਦਾਲ ਦੇ ਵਿੱਚ ਮੈਨੂੰ ਤਾਂ ਨੋਟ ਹੀ ਨੋਟ ਨਜ਼ਰ ਆ ਰਹੇ ਨੇ, ਨੋਟ ਹੀ ਨੋਟ ਨਜ਼ਰ ਆ ਰਹੇ। ਸਾਂਗਰ ਦੀ ਬੜਾ ਨਜ਼ਾਰਾ।
लड़ गया मैं तो कहनी बह जा तेरा बेड़ा तू सुत्ता ही रह जे दे बेशर्म कि मैं साड़ियां आलियां नाल गुलशन रेड़ांदा फिरदा ओ तेरा बेड़ा बह जे पुठे पैर आलिए क्यों मेरा नजारा खराब करता गाना भी नहीं पूरा होया हाय वे खसमा कदे मेरे कोल बैठ के भी नजारे ले लिया कर ना मैं तेरे नजारे अच की मिर्चा पौनी है कि तेरा तत्ता खुरचना दिनी है ओ तेरी शक्ल देख के ता मूड खराब हो जांदा है नजारा की आऊ मु तो तेरा आज में चढ़े नु भूख लगी होवे चढ़े नु भूख लगी होवे जे मैं चढ़ेल होंदी ना तो सब तो पहला तैनू ही चपदी अपने प्यो नू खा नहीं अपने भाइयों नू खा जेड़े मेरे कणक दे परे होए ढोल खा गए ना तेरा फुकड़ा फुकदे रहने तेरा है नाल मेरी एक गल दसी तेरा नंग दा की खा गए मैं ता रज्जे पुज्जे खानदान दी है कोई भुखे खानदान दी नहीं मैं जैलदारां दी धी है जैलदारां दी ओ मैं जानदा थोनू तू तो मेरे घर दिया कंधा खा के भी नहीं रजने जा मेरी अखा तो दफा हो जा परे हो जा तू जा मैनू नजारे लेने दे तेरे नजारे नु ता एक दिन चुल्ले च फूकू देखी तू अब दे खानदान नु फूक अब दे पेक्या नु फूक अब दी मां नु फूक जा चली जा नी करंट ना लग जा तू मर फिर नजारे आउणगे नजारे जानगे नजारे ता फिर आउणगे आउणगे जानते किते नी आए नजारे ओ बापू तू मानता क्यों नहीं ओ याद कर ले ओ रंगे बदमाश नाल तेरा कोई संबंध है उन तू जानदा है ना बापू हीरा किथे है ओ बापू दिमाग ते वजन पा सोच ओयो गंजा जा काला जा जिदे मुंह ते जिंदा जा लगया होया ओ मेरे सलयो मैं किसे नु नहीं जानदा ओए तेजे दी पुरानी जिंदगी बारे मेनू कुछ भी पता नहीं हैगा बापू हाँ। जे तू याद कर लेना फिर आपा करोड़पति खरबपति बन जांगे बापू तू बहुत बड़ा स्मगलर थी स्मगलर बापू जी याद कर ओ हीरा किथे आ ओ मेरे सलयो मैं तो अपनी सारी जिंदगी च नहीं कदे हीरा देखया ओए याद कर ले नहीं ओ ले आगे हुन बिना कुड़ी तो प्रोणे नहीं दाता दी तू देखिया तेजिया ए दुनिया किन्नी छोटी है ओए तू पताल दे विच भी छुप जांदा मैं ते तेनू ओथों भी कढ लेना सी ओए तू 10 करोड़ दे हीरे नू फड़प करना चाहुंदा है तेजिया चोरां दे भी असूल हुंदे ने हीरा किथे आ हीरा मेरिया सलिया मतीरिया सलिया जिया मैनू सुपने आउंदे ने हीरे दे हीरा हीरा ओए असीं तां भरावा तड़के दे नाल मगज खपाई करदे आ इन्हें तो सिर दुख लाता साडा भी मार मार के थप्पड़ मेरे दा गल्ला लाल करतियां सानू तो अपनी यह दसदा हैगा इह तां याद ही नहीं आउंदा ना बापू दस देगा हीरा चल ना दस ओए हीरे दा मामला है इह की दसेगा बेईमान है बेईमान ओए ओए गंजिया जिया बेईमान होवेगा तू तेरा प्यो मेरा सालिया 10 करोड़ दा की चाहे 50 करोड़ दा होवे मैं तां मूत दा नहीं इहजे हीरे ते बापू सही कहंदा जी इनू हीरे का कुछ नहीं पता हाँ बापू हाँ हीरा चल ना चल ओए याद कर तेजिया ओए तू मेरा जिगरी यार सी ओए आपा दोवें हीरा चोरी करके भजे सी पुलिस पीछे लगी हुई सी रुक जा तेजिया अपने आप नूं कानून दे हवाले कर दे पछ तेजिया तेजिया रुक जा नहीं तां गोली मार दूं रंग्या मैनू लगता आप पुलिस तो बहुत दूर निकले हाँ, पानी तेजिया पानी रंग्या मेरे भरावा फिक्र ना कर मैं हुणे पानी लेके आया मैं हुणे पानी लेके आया तेजिया लगता तू मेरे नाल गिरदारी करती है तेजिया हीरा कित्थे आ हीरा ओए ओए मेरा सिर फट जू साले हीरे दे हीरा हीरा बापू हाँ दस देगा चल ना ओए सब जानदा है ओए लालच ने एदी अखां ते पर्दा पाता है
ਓਏ ਬੇਈਮਾਨ ਏ ਬੇਈਮਾਨ। ਉਸਤਾਦ ਭੈਣ ਦੀ ਇਹਨੂੰ ਦੱਸ ਬੇਈਮਾਨ ਦੀ ਸਜ਼ਾ ਕੀ ਹੁੰਦੀ ਹੈ? ਕੱਢ ਵਾਲੇ ਸੇ ਓਏ ਇਹਨੇ ਯਾਰ ਮਾਰ ਕੀਤੀ ਏ। ਗਦਾਰ ਏ ਗਦਾਰ ਏ ਗਦਾਰ ਏ ਗਦਾਰ ਬੇਈਮਾਨ ਗਦਾਰ ਬੇਈਮਾਨ ਕੈਲਾ ਬੁੜਾ ਬੇਈਮਾਨ ਗਦਾਰ ਮਰ ਜਾ ਮੇਰੇ ਆ ਸਾਇਆ। ਮੇਰੇ ਤੇ ਆਸ਼ਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ, ਜੇ ਸ਼ੀਸ਼ਾ ਬੋਲਦਾ ਹੁੰਦਾ, ਹਾਏ ਜੇ ਸ਼ੀਸ਼ਾ ਬੋਲਦਾ ਹੁੰਦਾ। ਨਾਨਾ ਨਾਨਾ ਕਿੱਥੇ ਨੇ ਤੇਰੇ ਬਦਮਾਸ਼ ਪੁੱਤਰ? ਖੇਤ ਮੇਰੇ ਪਾਪਾ ਰਾਂ ਦੀ ਬਦਮਾਸ਼ਾਂ ਨਾਲ ਲੜਾਈ ਹੋ ਰਹੀ ਆ। ਵੇ ਜੋਰਿਆ ਵੇ ਮਤੀਆ ਵੇ ਬਾਹਰ ਨਿਕਲੋ, ਵੇ ਕਿੱਥੇ ਮਰ ਗਏ ਵੇ ਮੇਰੇ ਸੂਰਮਿਆਂ ਪੁੱਤਰ। ਹਾਏ ਓਏ ਰੱਬਾ, ਚੱਜ ਨਾਲ ਬਹਿਣ ਹੀ ਨਹੀਂ ਦਿੱਤੀ ਨਾ ਮੈਨੂੰ। ਐਂ ਦੱਸ ਕਿਉਂ ਰੌਲਾ ਪਾਇਆ? ਕੀ ਗੱਲ ਐਕਸਰ ਸਾਡੀ ਵੀ ਇੱਜ਼ਤ ਹੈ। ਇੱਜ਼ਤ ਦਿਆ ਲੱਗ ਗਿਆ ਬਾਹਰ ਆਪਣੇ ਵਾਲੇ ਪ੍ਰਾਹੁਣੇ ਦੇ ਕਿਸੇ ਦੇ ਕੁੱਟ ਕੁੱਟ ਕੇ ਛੋਡੇ ਲਾ ਤੇ। ਮਾਮਾ ਹੋਰ ਨਹੀਂ ਕੁਛ ਕਰਨਾ, ਘੱਟ ਤੋਂ ਘੱਟ ਉੱਤੇ ਆ ਕੇ ਭੌਂਕੀ ਲੋ। ਨਾ ਸ਼ੇਰਾ ਮੈਂ ਤਾਂ ਦਸਵੀਂ ਵਾਰ ਚੱਲਿਆ। ਨਾਨਾ ਤੂੰ ਵਗ ਜਾ, ਹੋ ਨਹੀਂ ਉੱਥੇ ਤੀਵੀਆਂ ਵਾਂਗੂ ਜਾ ਕੇ ਮਿਹਣੇ ਦੇ ਜਾਈ। ਹਾਂ ਮਿਹਣੇ ਦੇਣ ਤਾਂ ਪੁੱਤ ਮੈਂ ਉਈ ਨਹੀਂ ਕਿਸੇ ਨੂੰ ਵਾਰ ਨਹੀਂ ਆਉਣ ਦਿੰਦਾ, ਪਰ ਨਾ ਭਾਈ ਨਾ ਲੜਾਈ 'ਚ ਤਾਂ ਮੇਲੇ ਆਣੇ ਤੇ ਪੈਂਦੀਆਂ, ਮੈਂ ਤੁਹਾਨੂੰ ਜਾਣਾ। ਓਏ ਕੀ ਗੱਲ ਹੋ ਗਈ ਰੋਡੂ, ਕਿਹਦੀ ਲੜਾਈ ਹੋ ਗਈ? ਓਏ ਤੁਹਾਡੇ ਪ੍ਰਾਹੁਣੇ ਦੀ, ਹੋਰ ਕੀ ਨਾਈਆਂ ਦੀ? ਹਾਂ ਬਸ ਪੁੱਤ ਅੱਧੇ ਘੰਟੇ 'ਚ ਜਾਣਾ ਮੈਂ। ਓ ਜੋਰਿਆ, ਓ ਜੋਰਿਆ ਬਾਹਰ ਆ ਜਾ ਓਏ। ਲੜਾਈ ਚ ਠੁਮਕੇ ਮਾਰ, ਤੂੰ ਮੇਰੀ ਗੈਰਤ ਨੂੰ ਵੰਗਾਰ ਰਿਹਾ। ਜੇ ਤੁਹਾਡੇ ਗੈਰਤ ਹੁੰਦੀ ਤਾਂ ਧੀ ਦੇ ਘਰ ਦੀਆਂ ਰੋਟੀਆਂ ਨਾ ਪਾੜ ਦੇ। ਚੱਲ ਯਾਰ ਲਾਡੀ ਚੱਲੀਏ, ਚੱਲ ਰੋਟੀਆਂ ਨਹੀਂ ਪੜਦੇ। ਹਾਏ ਵਸੀਸਾ ਬੋਲਦਾ ਹੁੰਦਾ, ਬੋਲ ਭੰਨ ਪੁੱਤਿਆ, ਹੁਣ ਤਾਂ ਮੇਰੀ ਤਾਰੀਫ ਕਰਦੇ ਕੁਛ। ਓ ਬਾਪੂ ਤੇਰੇ ਚ ਤਾਂ ਬਈ ਬੁਲਾ ਤਾਕਤ ਹੈ, ਤੈ ਤਾਂ ਗੁੰਡਿਆਂ ਨੂੰ ਐ ਭਜਾਤਾ। ਉਹ ਭਜਾਉਂਦਾ ਕਿਵੇਂ ਨਾ, ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ, ਕੜਾਹੇ ਦੇ ਕੜਾਹੇ ਦਾ ਬਾਪੂ ਕੜਾਹ ਦੇ ਖਾ ਜਾਂਦਾ ਸੀ ਨਾ। ਬਾਪੂ ਜੀ ਉਹ ਹੀਰਾ ਕਿੱਥੇ ਹੈ? ਥੋੜੀ ਮਾਂ ਦੇ ਫੇਰਿਆਂ ਚ। ਬਾਪੂ ਉਹ ਤਾਂ ਹੀਰੇ ਬਾਰੇ ਪੁੱਛ ਰਿਹਾ। ਸਾਲੇ ਹੀਰੇ ਦੇ, ਹੀਰਾ ਹੀਰਾ ਮੇਰਾ ਸਿਰ ਫੜ ਜੂ। ਉਹ ਗੱਲ ਸੁਣਾ ਮਾਸੜਾ, ਉਹ ਕੋਈ 500,000 ਦੀ ਚੀਜ਼ ਨੀ, ਉਹ ਕਰੋੜਾਂ ਰੁਪਈਆਂ ਦਾ ਹੀਰਾ। ਅਕਸਰ ਸਾਡੀ ਵੀ ਇੱਜ਼ਤ ਹੈ ਯਾਰ, ਦਿਖਾਵਾਂ ਤੇਰੀ ਇੱਜ਼ਤ ਸਾਲਾ ਇੱਜ਼ਤਾਂ ਦਾ। ਓਏ ਹੋਏ ਉਹ ਮਾਸੜ ਜੀ, 10 ਕਰੋੜ ਦਾ ਹੀਰਾ, ਓਏ ਜੇ ਕਿਤੇ ਤੁਹਾਨੂੰ ਮਿਲ ਗਿਆ 10 ਪੀੜੀਆਂ ਤੱਕ ਖਾਈ ਜਾਓ ਤਾਂ ਵੀ ਨੀ ਮੁੱਕਣਾ। ਜੇ ਤੁਸੀਂ ਇੱਥੇ ਰਹੇ ਤਾਂ 10 ਦਿਨਾਂ 'ਚ ਮੁਕਾ ਦੋਗੇ। ਤੈਨੂੰ ਤਾਂ ਪਤਾ ਬਈ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਤੂੰ ਆ ਕੁੜਮ ਜੀ, ਤੂੰ ਯਾਦ ਕਰ ਖਪੜਾ, ਤੂੰ ਹੀਰਾ ਕਿੱਥੇ ਰੱਖ ਲਿਆ? ਬਾਪੂ ਜੀ ਮੈਨੂੰ ਐ ਤਾਂ ਦੱਸ ਦੋ ਹੀਰਾ ਕਿਹੋ ਜਿਹਾ ਹੁੰਦਾ? ਮੈਂ ਚੱਪਲ ਦੇ ਦੂੰ ਸੜਦੇ ਮੂੰਹ 'ਚ, ਮੈਨੂੰ ਸੁਪਨੇ ਆਉਂਦੇ ਨੇ ਹੀਰੇ ਦੇ। ਮਿਸੰਦਰੇ ਜਾ ਤੂੰ ਦੇਖ ਲੈ ਆਪਣੇ ਬਾਪੂ ਦੀ ਜੇਬ 'ਚੋਂ ਕੋਈ ਚੀਜ਼ ਤਾਂ ਨਹੀਂ ਨਿਕਲੀ ਹੈਗੀ ਨਾ। ਹਾਂ ਸੱਚ, ਜਦੋਂ ਮੈਂ ਬਾਪੂ ਜੀ ਦੇ ਕੱਪੜੇ ਧੋਤੇ ਨੇ ਤਾਂ ਉਹਨਾਂ ਦੀ ਜੇਬ ਦੇ ਵਿੱਚ ਇੱਕ ਕਾਗਜ਼ ਨਿਕਲਿਆ ਸੀ ਜਿਹੜਾ ਮੈਂ ਸੰਦੂਕ ਦੇ ਦੌੜੇ ਥੱਲੇ ਰੱਖਿਆ। ਲਾਡੀ ਜਾਈ ਪੁੱਤ ਚੱਕ ਕੇ ਲਿਆਈ ਘੇਰਾ। ਜਾਓ ਛੇਤੀ ਜਾ। ਉਹ ਤਾਂ ਬੈਂਕ ਦੀ ਕਿਸ਼ਤ ਵਾਲਾ ਕਾਗਜ਼ ਹੋਣਾ, ਜਾਂ ਸੁਸਾਇਟੀ ਵਾਲੇ ਹੋਣੇ, ਜਾਂ ਰੇ ਵਾਲਾ ਹੋਣਾ, ਹੋਰ ਕੀ ਹੋਣਾ। ਜਾ ਝੜ ਦੇ ਦੀਪੜੀ ਨਿਕਲ ਜਾਂਦੀ ਜੇਬ 'ਚੋਂ। ਬਾਪੂ ਤੂੰ ਹੀਰਾ ਕਿਹੋ ਜਿਹਾ ਹੁੰਦਾ? ਇਹੋ ਜਿਹਾ ਹੁੰਦਾ। ਲਿਆਓ ਲਾਡੀ, ਲਿਆ ਲਿਆ ਲਾਡੀ ਆ ਗਿਆ। ਉਹ ਇਹ ਤਾਂ ਲਿਬੜਿਆ ਜਾ ਕਾਗਜ਼ਾ, ਲਹੂ ਲਹੂ ਆ, ਲਹੂ ਆ ਸੁੱਕਿਆ ਹੋਇਆ। ਓਏ ਖੜ ਜਾਓ ਖੜ ਜਾਓ ਖੜ ਜਾਓ। ਰੰਗੇ ਮੈਨੂੰ ਮਾਫ ਕਰੀ, ਹੀਰਾ ਮੈਂ ਸੋਈਆਂ ਵਾਲੇ ਬੀੜ 'ਚ ਪੁਰਾਣੇ ਖੂਹ ਦੇ ਕੋਲ ਇੱਕ ਦਰਖਤ ਹੈ, ਉਸ ਦੀਆਂ ਜੜਾਂ 'ਚ ਇੱਟ ਥੱਲੇ ਹੀਰਾ ਰੱਖ ਕੇ ਜਾ ਰਿਹਾ। ਨਾ ਇਹ ਕਾਗਜ਼ ਰੰਗੇ ਨੇ ਤੇਜੇ ਦੀ ਜੇਬ 'ਚੋਂ ਕਿਉਂ ਨਹੀਂ ਕੱਢਿਆ? ਹਾਂ ਮੈਂ ਸਮਝ ਗਿਆ, ਉਹ ਰੰਗਾ ਕਿਵੇਂ ਕਰਦਾ? ਤੇਜੇ ਦਾ ਸਰੀਰ ਤਾਂ ਆਪਣੇ ਘਰੇ ਆ ਗਿਆ ਸੀ, ਧਰਮਰਾਜ ਨੇ ਆਤਮਾ ਨਹੀਂ ਪਾਈ ਤੇਰੀ ਉਹਦੇ 'ਚ। ਅੱਛਾ ਇਹਦਾ ਮਤਲਬ ਹੀਰਾ ਸੋਹਣਾ ਕਰ ਜੋ। ਇਹੋ ਜੀਆਂ ਗੱਲਾਂ ਐਡੀ ਉੱਚੀ ਉੱਚੀ ਨਹੀਂ ਕਰੀਦੀਆਂ, ਦਰਖਤਾਂ ਦੇ ਵੀ ਕੰਨ ਹੁੰਦੇ ਨੇ। ਹੁਣ ਮੇਰੀ ਗੱਲ ਸੁਣੋ, ਰੌਲਾ ਨਾ ਪਾਇਓ, ਕੱਲ ਨੂੰ ਆਪਾਂ ਸਾਰੇ ਸੋਹੀਆਂ ਵਾਲੇ ਵੀੜ 'ਚੋਂ ਹੀਰਾ ਕੱਢਣ ਚੱਲਾਂਗੇ।
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ ਮੋਟੇ ਝੋਟੇ ਖਾਣ ਤੇ ਲੱਕ ਬੱਧਾ ਨਾ ਤੂੰ ਸਾਰੀ ਜ਼ਿੰਦਗੀ ਨੱਚ ਸਕਦਾ ਨਾ ਨਚਾ ਸਕਦਾ ਉਹੀ ਡਰੀ ਜਾਂਦਾ ਉਹ ਲੱਗਦਾ ਨੱਚਣ ਨਚਾਉਂਦੇ ਆ ਪਿੱਪਲ ਦੀ ਗੌਰ ਰੱਖ ਕੋਈ ਗੱਲ ਨੀ ਇੱਟ ਦਾ ਖਿਆਲ ਰੱਖ ਇੱਟ ਦਾ ਮੱਦੀ ਕੁਛ ਨੀ ਜੋ ਰਿਹਾ ਡੱਡੂ ਸੀ ਡੱਡੂ ਚਲੋ 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 ਹੀਰਾ ਲੱਭੋ ਹਾਏ ਮੇਰਾ ਹੀਰਾ ਸਪਨਾ ਹੋਵੇ ਓਏ ਹਾਏ ਮੇਰੇ ਤਾਂ ਜੋਕਾਂ ਲੱਗ ਗਿਆ ਸੀ ਹਾਏ ਨੀ ਬੇਬੇ ਹਾਏ ਬੇ ਮੈਂ ਡਰਦੀ ਰੱਬ ਰੱਬ ਕਰਦੀ ਲੋਕੀ ਕਰ ਖੜਕਾ ਕਾਹਦਾ ਇੱਥੇ ਤਾਂ ਨੀ ਕੋਈ ਆਉਂਦਾ ਮੈਨੂੰ ਵੀ ਡਰਾਈ ਜਾਂਦੇ ਹੋ ਡਰਨ ਦੀ ਕੋਈ ਲੋੜ ਨੀ ਮੈਂ ਤਾਂ ਭੂਤਾਂ ਨਾਲ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਕਿਹੜਾ ਚੰਗਾ ਭਾਈ ਸਤਿ ਸ੍ਰੀ ਅਕਾਲ ਆ ਇੱਕ ਦੂਜੇ ਦਾ ਸਿਰ ਪਲੋਸ ਦੇ ਉੱਤੇ ਬੈਠੇ ਹੋ ਆਏ ਬੇਬੇ ਨੀ ਆਏ ਨੀ ਬੇਬੇ ਆਓ ਇਧਰੋਂ ਨਾ ਕੁਛ ਆ ਜੇ ਉਹ ਮੈਨੂੰ ਤਾਂ ਦਰਖਤ ਵੀ ਭੂਤਾ ਲੱਗਦੇ ਨੇ ਜੰਗਲ ਚ ਖੂਹ ਦੇ ਨੇੜੇ ਪਿੱਪਲ ਓਏ ਪਿੱਪਲ ਥੱਲੇ ਹੀਰਾ ਓਏ ਮੈਂ ਮਰ ਗਿਆ ਵੀਰਾ ਹੀਰੇ ਉੱਤੇ ਇੱਟ ਓ ਮੈਨੂੰ ਪਾਣੀ ਪਾਣੀ ਪੀਣਾ ਵੇ ਓਏ ਥੱਕ ਗਏ ਓਏ ਆ ਲੋ ਪਾਣੀ ਲਿਆ ਓ ਬਾਈ ਇੱਧਰ ਕਿੱਧਰ ਓ ਬਸ ਕੁਛ ਨੀ ਅਸੀਂ ਆ ਗਏ ਸੀ ਬਾਈ ਅਸੀਂ ਤਾਂ ਮੇਰਾ ਸਾਲਾ ਹੀਰਾ ਹਾਏ ਹਾਏ ਲੱਭ ਜੇ ਛੇਤੀ ਦੇ ਨੇ
ਚਾਲ ਲਿਆ ਬੁੜਾ ਇਧਰ ਕਿਧਰ ਓਏ ਯਾਰ ਬਸ ਜੰਗਲ ਪਾਣੀ ਆਇਆ ਤੀ ਲੈ ਬਾਈ ਇਹ ਤਾਂ ਸਾਰੇ ਪਜਾ ਦੇ ਹੁਣ ਆਪਾਂ ਲੈਨੇ ਆ ਹੀਰੇ ਦੀ ਸਾਰ ਚੱਲ ਵੀ ਰੋਡੋ ਚੱਲੀਏ ਆਏ ਮੈਂ ਛੇਤੀ ਕਰਦਾ ਕੋਈ ਛੇਤੀ ਦੇ ਕੇ ਬੁਲਾ ਦਾ ਲੁੱਟੇ ਗਏ ਕਿਸੇ ਡਾਕਟਰ ਨੂੰ ਬੁਲਾ ਦਾ ਮੈਂ ਕਿਸੇ ਹਕੀਮ ਨੂੰ ਬੁਲਾ ਦਾ ਆਏ ਮੈਂ ਤੈਨੂੰ ਸੁਣਦਾ ਉਹ ਤੈਨੂੰ ਕੀ ਹੋ ਗਿਆ ਤੜਕੀ ਨਿਰਣੇ ਕਾਜੇ ਮੈਂ ਮੇਰੇ ਦੋਹਾਂ ਪਾਈਆਂ ਨੂੰ ਤੇ ਬਾਪੂ ਨੂੰ ਤਾਪ ਚੜ ਗਿਆ ਤਿੰਨੇ ਕੰਬੀ ਜਾਂਦੇ ਨੇ ਹਾਏ ਨੀ ਚੁੱਪ ਕਰ ਉਹ ਤਾਂ ਮੈਨੂੰ ਮਾਰ ਕੇ ਮਰਨਗੇ ਆਏ ਨੀ ਮਰਦੇ ਉਹ ਬਾਪੂ ਨੂੰ ਵੀ ਬੁਖਾਰ ਤੇ ਉਹਨਾਂ ਨੂੰ ਵੀ ਇਹਦਾ ਮਤਲਬ ਹੈ ਭੂਤਾਂ ਨੇ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਹਾਏ ਮੇਰੇ ਭਰਾਵਾਂ ਨੂੰ ਭੂਤਾਂ ਚਿੰਬੜ ਗਈਆਂ ਤੇ ਉਹਨਾਂ ਨੂੰ ਕੋਈ ਓਪਰੀ ਕਸਰ ਹੋ ਗਈ ਕੋਈ ਬਾਬਾ ਭਦਰਨਾਥ ਨੂੰ ਬੁਲਾ ਦੋ ਨੀ ਚੁੱਪ ਕਰ ਜਾ ਸਾਲੀ ਬਣੀ ਹੈ ਭਦਰਨਾਥ ਦੀ ਨੀ ਰਾਤ ਕਿਤੇ ਦੀ ਉਹ ਤੇਰੇ ਲੱਗਦੇ ਉਹਨਾਂ ਦੇ ਵਿਚਾਰਿਆਂ ਨੇ ਕਿੱਥੇ ਜਾਣਾ ਹਾਏ ਮੈਂ ਹੁਣ ਕੀ ਬਣੂੰਗਾ ਓ ਭਾਈ ਹੀਰੇ ਬਾਰੇ ਸੋਚੋ ਉਹ ਕਿਤੇ ਹੀਰਾ ਗੁੰਡਿਆਂ ਦੇ ਹੱਥ ਤਾਂ ਨਹੀਂ ਹਾਏ ਹਾਏ ਜੇ ਹੀਰਾ ਗੁੰਡਿਆਂ ਦੇ ਹੱਥ ਲੱਗ ਗਿਆ ਫਿਰ ਕੀ ਬਣੂੰਗਾ ਮੈਂ ਓਏ ਬੋਲਿਆ ਓ ਬੋਲਿਆ ਇਹਨੂੰ ਚੁੱਪ ਕਰਾ ਦੇ ਓਏ ਓਏ ਇਹਨੂੰ ਚੁੱਪ ਕਰਾ ਦੇ ਓਏ ਇਹਦੀ ਸੁੱਚ ਕਿੱਥੇ ਆ ਓਏ ਮੈਥੋਂ ਮਰ ਜੂਗੀ ਓ ਮੈਥੋਂ ਬੇਵਾ ਕਰ ਦੂੰ ਇਹਨੂੰ ਨਾ ਤੂੰ ਕੌਣ ਹੁੰਦਾ ਮੈਨੂੰ ਚੁੱਪ ਕਰਾਉਣ ਵਾਲਾ ਹੈ ਮੈਂ ਜੈਲਦਾਰਾਂ ਦੀ ਧੀ ਹੈ ਜੈਲਦਾਰਾਂ ਦੀ ਤੈਨੂੰ ਪਤਾ ਜੈਲਦਾਰ ਕਿੰਨੇ ਬਹਾਦਰ ਹੁੰਦੇ ਨੇ ਓ ਭਾਬੀ ਮਾਂ ਚੁੱਪ ਦਾ ਦਾਨ ਬਖਸ਼ ਜੇ ਆਪਾਂ ਨੂੰ ਹੀਰਾ ਮਿਲ ਗਿਆ ਓਏ ਆਪਾਂ ਰਾਜੇ ਬਣ ਜਾਗੇ ਰਾਜੇ ਪਿੱਟੇ ਮੂੰਹ ਤੇਰੀ ਉਹੀ ਨੀਵੀਂ ਸੋਚ ਓ ਬਾਈ ਤੂੰ ਨਾਈ ਸਮਝ ਗਿਆ ਹੋਰ ਓਏ ਮੈਂ ਕਿੰਗ ਕਹਿਣਾ ਕਿੰਗ ਰਾਜੇ ਓ ਮੈਂ ਬਣੂਗਾ ਮਹਾਰਾਜਾ ਝਾਂਸੀ ਦੀ ਰਾਣੀ ਭੋਲਾ ਮੈਂ ਬਣੂਗਾ ਮਹਾਰਾਣਾ ਰੂਪ ਪ੍ਰਤਾਪ ਸੰਧੂ ਤੇ ਮੈਂ ਕੀ ਬਣੂਗੀ ਹਾਂ ਮੈਂ ਬਣੂਗੀ ਮਹਾਰਾਣੀ ਸਿੰਦਰ ਕੌਰ ਅਨਾਰਕਲੀ ਹੀਰੇ ਦੇ ਲਈ ਰੰਡੀ ਕਰੀਏ ਆਪਾਂ ਪੈ
ਡਰਦੇ ਨੀ ਜੱਗ ਕੋਲੋਂ ਜੱਗ ਕਸਮਾਂ ਨੂੰ ਖਾਵੇ ਭਾਵੇਂ ਮੇਰੀ ਭੈਣ ਜਾਵੇ ਭਾਵੇਂ ਮੇਰਾ ਜੀਜਾ ਜਾਵੇ ਸਾਨੂੰ ਲਈਏ ਖੂਬ ਨਜ਼ਾਰੇ ਕਹਿ ਲੈ ਬੁੜੇ ਦੀ ਚੱਕੂ ਗਰੀਬੀ ਦਿਨ ਲੰਘਣਗੇ ਪਿਆਰੇ ਨਵਾਂ ਇੱਕ ਵਿਆਹ ਹੋਵੇ ਪਿਆਰਾ ਜਾਗੂ ਨਾ ਹੋਵੇ ਦਿਲ ਮੇਰਾ ਇਹੋ ਚਾਵੇ ਰੂਪ ਦੀ ਤਮੰਨਾ ਹੈ ਕਿ ਹੀਰਾ ਮੈਨੂੰ ਮਿਲ ਜਾਵੇ ਦੇਵਾ ਪਰਿਵਾਰ ਸਾਰਿਆਂ ਨੇ ਲਹੂ ਪੀਤਾ ਜੋ ਵੀ ਕੀਤਾ ਮਾੜਾ ਕੀਤਾ ਫੇਰ ਨਾ ਕੋਈ ਤੜ ਪਾਵੇ ਭੋਲੇ ਦੀ ਤਮੰਨਾ ਹੈ ਕਿ ਹੀਰਾ ਮੈਨੂੰ ਮਿਲ ਜਾਵੇ ਜੋਰੇ ਦੀ ਤਮੰਨਾ ਹੈ ਕਿ ਹੀਰਾ ਮੈਨੂੰ ਮਿਲ ਜਾਵੇ ਭਾਵੇਂ ਮੇਰੀ ਭੈਣ ਜਾਵੇ ਭਾਵੇਂ ਮੇਰਾ ਜੀਜਾ ਜਾਵੇ ਦੀਦੀ ਤਮੰਨਾ ਹੈ ਕਿ ਹੀਰਾ ਮੈਨੂੰ ਮਿਲ ਜਾਵੇ ਭਾਵੇਂ ਮੇਰੀ ਜਾਨ ਜਾਵੇ ਭਾਵੇਂ ਮੇਰਾ ਵੀਰਾ ਜਾਵੇ ਬਖਤੂ ਦੀ ਤਮੰਨਾ ਹੈ ਕਿ ਹੀਰਾ ਮੈਨੂੰ ਮਿਲ ਜਾਵੇ ਭਾਵੇਂ ਮੇਰੀ ਬੇਬੇ ਜਾਵੇ ਭਾਵੇਂ ਮੇਰਾ ਬਾਪੂ ਜਾਵੇ ਭਾਵੇਂ ਮੇਰੀ ਬੇਬੇ ਜਾਵੇ ਭਾਵੇਂ ਮੇਰਾ ਬਾਪੂ ਜਾਵੇ ਮੈਨੂੰ ਲੱਗਦਾ ਹੁਣ ਆਪਾਂ ਜ਼ਿੰਦਗੀ ਭਰ ਹੀਰਾ ਦੇਖ ਵੀ ਨਹੀਂ ਸਕਦੇ ਪਾਪੇ ਸੰਦ ਲੋ ਹੀਰਾ ਮਿਲ ਗਿਆ ਗਦੀ ਦੀ ਪੂੰਛ ਆ ਦੇਖੋ ਹੀਰਾ 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 ਆਏ ਹੀਰਾ ਆ ਤੁਹਾਨੂੰ ਕਿੱਥੋਂ ਮਿਲ ਗਿਆ ਹੈ ਹੀਰਾ ਰਾਤ ਅਸੀਂ ਭੂਤਾ ਬਣ ਕੇ ਲੈ ਕੇ ਆਏ ਸੀ ਨੀ ਮਾਂ ਸਦਕੇ ਮੇਰੇ ਬਹਾਦਰ ਪੁੱਤ ਆਖਰ ਭਾਣਜੇ ਕਿਹਦੇ ਨੇ ਓਏ ਮੈਂ ਤਾਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਹੀਰੋ ਖੈਰ ਅਸੀਂ ਤਾਂ ਇਹੋ ਜਿਹੇ ਬਥੇਰੇ ਵੇਖੇ ਨੇ ਸਾਡੇ ਵੀ ਕੋਈ ਇੱਜ਼ਤ ਆ ਇਹ ਨੇ ਹੀਰਿਆਂ ਦੇ ਵਪਾਰੀ ਤੂੰ ਨਸਵਾਰ ਲਈ ਕਦੇ ਪੈਸੇ ਨਹੀਂ ਜੁੜਦੇ ਓਏ 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 ਚੁੱਪ ਕਰ ਰੋਡੂ ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ ਇਹੋ ਜਿਹੇ ਹੀਰੇ ਤਾਂ ਸਾਡੇ ਘਰੇ ਗੋਹੇ 'ਚ ਰੋਲਦੇ ਫਿਰਦੇ ਆ ਓਏ ਕਬੀਓ ਓਏ ਪਰ ਹੁਣ ਆਪਾਂ ਨੂੰ ਇਹ ਤੇ ਪੂਰਾ ਪਹਿਰਾ ਰੱਖਣਾ ਪਊਗਾ ਓਏ ਮੈਂ ਕਿਹਾ ਮਾਸਟਰ ਜੀ ਪੂਰੀ ਗੌਰ ਰੱਖਣੀ ਪਊ ਕਰੋੜਾਂ ਦਾ ਮਾਮਲਾ ਆ ਇੱਕ ਮਿੰਟ ਦਿਖਾਈ 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 ਚੱਲ ਚੱਲ ਕੰਮ ਕਰ ਮੈਂ ਦੇਖ ਲਿਆ ਓਏ ਜੋਰਿਆ ਉਹੀ ਆ ਉਹੀ ਆ ਜਿਹੜਾ ਤੇਰੇ ਪਰਦਾਦਾ ਜੀ ਨੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਯਾਰੀ ਦੋਸਤੀ 'ਚ ਭੇਟ ਕੀਤਾ ਸੀ ਉਹੀ ਆ ਓਏ ਓਏ ਗੱਲ ਸੁਣ ਲਓ ਮੇਰੀ ਕੰਨ ਖੋਲ ਕੇ ਕਿਸੇ ਕੋਲ ਗੱਲ ਨਾ ਕਰਿਓ ਨਾਲੇ ਅੱਜ ਆਪਾਂ ਸੌਣਾ ਨਹੀਂ ਮੈਂ ਤੁਹਾਡੀਆਂ ਪੂਰੀਆਂ ਡਿਊਟੀਆਂ ਲਾਦਾਂ ਸੁਣ ਲਓ ਇਹ 2 ਘੰਟੇ ਤੂੰ ਡਿਊਟੀ ਦੇਈਂ ਠੀਕ ਹੈ 2 ਘੰਟੇ ਤੂੰ ਦੇਈਂ 2 ਘੰਟੇ ਤੂੰ ਮੈਂ ਤਾਂ ਸੌਂਦਾ ਹੀ ਨਹੀਂ 2 ਘੰਟੇ ਤੂੰ 2 ਘੰਟੇ ਤੂੰ ਤੜਕੇ ਮੈਨੂੰ ਠਾਲ ਲਿਓ ਫਿਰ ਮੈਂ ਹਾਏ ਓ ਮੈਂ ਤਾਂ ਬਾਪੂ ਸੌਂਦਾ ਹੀ ਨਹੀਂ ਆ ਜਾਓ ਹੀਰੇ ਨੂੰ ਅੰਦਰ ਧਰ ਦੋ ਕਿਤੇ ਚੋਰੀ ਨਾ ਲੈ ਜਾਣ ਲੈ ਫੜ ਵਿੱਚ ਬਾਕੋ ਕਿਹਦੇ ਨੇ ਇਹ ਲੈ ਤੂੰ ਵੀ ਲੈ ਜਾ ਮੁੜਕੇ ਨਾ ਹੀ ਹਰਾਮੀ ਮੁੜਕੇ ਇਹਨਾਂ ਦੇ ਬਾਅਦ ਸਾਨੂੰ ਕੁਛ ਕਿਵੇਂ ਦੰਦ ਕੱਢਦਾ
ਓਏ ਲੈ ਦੇਬੋ ਪੁੰਨੀ ਕਿਹੜਾ ਫਟਾਫਟ ਦਾਨੇ ਓਏ ਮੈਂ ਫੈਕਟਰੀ ਜਾਣਾ ਲੇਟ ਹੋ ਗਿਆ ਲੈ ਬੋਲ ਆਥਣ ਮੇਰੇ ਫੈਕਟਰੀ ਚ ਕੀ ਜਾਣ ਜਾਨੂ ਰੋਣ ਜਾਵੇਂਗਾ ਜੀਤ ਓਏ ਤੈਨੂੰ ਨਹੀਂ ਪਤਾ ਮੈਂ ਚੌਂਕੀ ਜਾਰਾ ਕਰਦਾ 2500 ਰੁਪਈਆ ਤਨਖਾਹ ਹੈ ਮੇਰੀ ਮਹੀਨੇ ਦੀ ਚੰਗਾ ਭਾਈ ਕੰਮ ਤਾਂ ਕਰਨਾ ਹੀ ਪੈਂਦਾ ਜ਼ਮੀਨਦਾਰੀ ਭਾਰੀ ਹੈ ਤੇਰੀ ਤੈਂ ਸੁਣਿਆ ਜੀਤ ਕਹਿੰਦੇ ਕੈਲੇ ਬੁੜੇ ਕੇ ਇੱਕ ਹੀਰਾ ਕਰੋੜਾਂ ਦੀ ਕੀਮਤ ਹੈ ਉਹਦੀ ਦੇਬੋ ਤੈਨੂੰ ਕਿਹਨੇ ਦੱਸਿਆ ਲੈ ਸਾਰੇ ਪਿੰਡ ਨੂੰ ਪਤਾ ਕੈਲੇ ਬੁੜੇ ਕੇ ਗੱਲ ਹੋ ਜੇ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਂਦਾ ਸੱਚ ਦੇਬੋ ਇੱਕ ਗੱਲ ਹੋਰ ਆ ਵੀ ਕਰੋੜ ਰੁਪਈਆ ਵੱਡਾ ਹੁੰਦਾ ਕਿ ਲੱਖ ਦੁਰ ਫਿੱਟੇ ਨੂੰ ਬੇ ਅਨਪੜ੍ਹ ਲਾਣਿਆ ਮੂਰਖਾ ਬੇ ਕਰੋੜ ਤੋਂ ਤਾਂ ਲੱਖ ਦੋ ਤਿੰਨ ਗੁਣਾ ਵੱਡਾ ਹੁੰਦਾ ਲੈ ਬਈ ਜੀਠਿਆ ਜੇ ਕਿਤੇ ਤੈਨੂੰ ਹੀਰਾ ਮਿਲ ਗਿਆ ਨਾ ਕਟਰੀਨਾ ਕੈਫ ਨਾਲ ਫਿਲਮ ਬਣਾ ਦੀ ਜੀਤ ਇਜ਼ ਕਿੰਗ ਇਹ ਹੁਣ ਕੀ ਸੋਚਣ ਲੱਗ ਗਿਆ ਜੀਤ ਲਾਇਆ ਦਾਣੇ ਲੈ ਕੇ ਜਾਈ ਉਹ ਤੂੰ ਰੱਖ ਦੇ ਬੋ ਦਾਣੇ ਹੁਣ ਤਾਂ ਮੈਂ ਜਦੋਂ ਤੇਰੇ ਕੋਲੇ ਆਊਂਗਾ ਬਦਾਮ ਬਣਾ ਕੇ ਲੈ ਕੇ ਜਾਊਂਗਾ ਹੀਰੇ ਦੀ ਖੋਜ ਜਾਣਦੀਆਂ ਜਾਣਦੀਆਂ ਕਿਹੜੇ ਕੰਮਾਂ ਨੂੰ ਆਉਣਾ ਤੂੰ ਇੱਥੇ ਕਿਹੜੇ ਦਾਣੇ ਨਾਲ ਹੋਰ ਆਹੋ ਔਲਖ ਨਿਰੰਜਨ ਜੇ ਪਾਣੀ ਡੱਬ ਖੜਬਾ ਖੱਬਾ ਸੱਜਾ ਬਾਬਾ ਜੀ ਕੀ ਡਮਕੜਾ ਹੈ ਪਤਾ ਸਵਾਈ ਲੂੰਬੜ ਚੂਸੇ ਬਿਰਤ ਕਸਾਕਸ ਕੈਂਬੜ ਕੈਂ ਕੈਂ ਜੈ ਮਹਾਰਾਜ ਜੈ ਮਹਾਰਾਜ ਬਾਬੇ ਪਧਾਰੇ ਨੇ ਬਾਬੇ ਪਧਾਰੇ ਨੇ ਅੱਜ ਤਾਂ ਓਏ ਬਾਬੇ ਅਸੀਂ ਕੋਈ ਬਾਬੇ ਬੂਬੇ ਨਹੀਂ ਹੈਗੇ ਰੰਗਾ ਬਦਮਾਸ਼ ਹੈ ਭੈਣ ਦੀ ਤੇਰੀ ਜ਼ਿੰਦਗੀ ਦੇ ਰੰਗ ਖਤਮ ਕਰਨ ਆਇਆ ਸਾਡਾ ਹੀਰਾ ਕਿੱਥੇ ਆ ਕਿਹੜਾ ਹੀਰਾ ਅੱਛਾ ਓਹੋ ਉਹ ਨਿਰਮਲ ਦਾ ਮੁੰਡਾ ਹੀਰਾ ਉਹ ਖਬਰਦਾਰ ਜੇ ਬਕਵਾਸ ਕੀਤਾ ਓਏ ਤੇਰੀ ਖੋਪੜੀ ਉਹ ਦਿਮਾਗ ਕੱਢ ਕੇ ਉੱਥੇ ਸੁੱਟ ਦੂੰ ਹੀਰਾ ਤਾਂ ਮੈਂ ਤੁਹਾਨੂੰ ਦੇ ਦੂੰਗਾ ਪਰ ਇੱਕ ਸ਼ਰਤ ਤੇ ਸ਼ਰਤ ਓਏ ਉਹ ਕਿਹੜੀ ਸ਼ਰਤ ਇੱਕ ਬੰਦੇ ਨੇ ਨਾ ਮੇਰਾ ਜਿਉਣਾ ਦੁੱਬਰ ਕੀਤਾ ਹੋਇਆ ਮੈਨੂੰ ਬੜਾ ਪਰੇਸ਼ਾਨ ਕਰਦਾ ਮੈਨੂੰ ਗਾਲਾਂ ਕੱਢਦਾ ਗੰਦੀਆਂ ਗੰਦੀਆਂ ਉਹਨੂੰ ਤੁਸੀਂ ਨੇ ਗਾਲਾਂ ਕੱਢਣੀਆਂ ਨੇ ਮੋਬਾਈਲ ਹੈ ਤੁਹਾਡੇ ਕੋਲ ਹੈ ਲੈ ਫੜਾਓ ਫਿਰ ਛੇਤੀ ਕਰੋ ਉਹ ਬੰਦਾ ਮੈਨੂੰ ਬਹੁਤ ਤੰਗ ਕਰਦਾ ਜੀ ਬਸ ਉਹਨੂੰ ਰੋਬ ਹੀ ਮਾਰਨਾ ਰੋਬ ਉਹ ਰੋਬ ਰੂਬ ਦੀ ਕੀ ਗੱਲ ਹੈ ਬਾਬੇ ਰੰਗਾ ਬਦਮਾਸ਼ ਦਾ ਕਤਲ ਤੋਂ ਘੱਟ ਗੱਲ ਹੀ ਨਹੀਂ ਕਰਦਾ ਆ ਲਓ ਜੀ ਆ ਲਓ ਇਹਨੂੰ ਗਾਲਾਂ ਕੱਢੋ ਇਹਨੂੰ ਕਹੋ ਮੈਂ ਤੇਰੇ ਬੱਚੇ ਖਾ ਜੂ ਮੈਂ ਤੇਰੀ ਫੈਮਿਲੀ ਖਾ ਜੂ ਇਹਨੂੰ ਕਹੋ ਹੈਲੋ ਓਏ ਮੈਂ ਤੇਰੇ ਬੱਚੇ ਖਾ ਜੂ ਕਚਈ ਓਏ ਤੇਰੀ ਫੈਮਿਲੀ ਨੂੰ ਇੱਕ ਇੱਕ ਕਰਕੇ ਖਾ ਜੂ ਹੈ ਤੂੰ ਹੈ ਕੌਣ ਓਏ ਬਾਬੇ ਮੇਰੇ ਨਾਲ ਗੱਲ ਕਰਾ ਓਏ ਓਏ ਮੈਂ ਤੇਰੀ ਕੁੜੀ ਚੱਕ ਕੇ ਲੈ ਜੂੰਗਾ ਓਏ ਤੂੰ ਜਾਣਦਾ ਮੈਨੂੰ ਮੈਂ ਕੌਣ ਆ ਬੰਦੇ ਦਾ ਪੁੱਤਰਾ ਓਏ ਓਏ ਮੈਂ ਰੰਗਾ ਬਦਮਾਸ਼ ਬੋਲਦਾ 20 ਕਤਲ ਕਰੇ ਨੇ 15 ਬੈਂਕਾਂ ਲੁੱਟੀਆਂ ਨੇਗੀਆਂ 20-25 ਬੰਦੇ ਅਗਵਾ ਕਰੇ ਨੇਗੇ ਹੈ ਓਏ ਪਤਾ ਨਹੀਂ ਰੇਪ ਕਿੰਨੇ ਕੁ ਕਰੇ ਨੇਗੇ ਐਡਰੈਸ ਓਏ ਅਸੀਂ ਕੈਲੇ ਬੁੜੇ ਦੇ ਘਰੇ ਖੜਿਆ ਹਿੰਮਤ ਹੈ ਤਾਂ ਆ ਜਾ ਕੱਟਤਾ ਉਹ ਪਰ ਹੈ ਕੌਣ ਸੀ ਥਾਣੇ ਦਾ ਇੰਚਾਰਜ ਉਹ ਧੋਖਾ ਉਹ ਸਾਡੇ ਨਾਲ ਧੋਖਾ ਨਾ ਤੂੰ ਪੁਲਿਸ ਦੇ ਬੱਚੇ ਖਾਵੇਂਗਾ ਪੁਲਿਸ ਦੀ ਕੁੜੀ ਚੱਕੇਗਾ ਪੁਲਿਸ ਤੇਰੀਆਂ ਕੁੜੀਆਂ ਚੱਕੂ ਹਾਲੇ ਬਣੇ ਨੇ ਹੀਰੇ ਦੇ ਬੋਲੇ ਮੈਨੂੰ ਜੋਰੇ ਬੁਰਾ ਤੇ ਪੋਰਾ ਯਕੀਨ ਨਹੀਂ ਉਹ ਤਾਂ ਕਿਸੇ ਦੀ ਮੋਟਰ ਦਾ ਪਟਾ ਨਹੀਂ ਛੱਡਦੇ ਇਹ ਤਾਂ ਫੇਰ ਵੀ ਹੀਰਾ ਮੈਂ ਉਹਨਾਂ ਦਾ ਬੰਦੋਬਸਤ ਕਰਤਾ ਕਿਵੇਂ ਆ ਦੇਖ ਦਾਰੂ ਦੀ ਬੋਤਲ ਇਹਦੇ ਚ ਬੇਹੋਸ਼ੀ ਦੀ ਦਵਾਈ ਪਾਤੀ ਹੁਣ ਉਹਨਾਂ ਦਾ ਘੋਗਾ ਚਿੱਤ ਬਈ ਮੰਨ ਗਏ ਓਏ ਜਵਾਨਾ ਤੇਰੀ ਸਕੀਮ ਨੂੰ ਬਈ ਇਹੀ ਮੇਰੇ ਦਿਮਾਗ ਵਿੱਚ ਸੀ ਅੱਜ ਤੈਂ ਮੇਰੇ ਦਿਲ ਦੀ ਬੁਝਲੀ ਓਏ ਬਾਈ ਹੁਣ ਨਾਲੇ ਮੇਰਾ ਵਿਆਹ ਹੋ ਜੂ ਤੇ ਨਾਲੇ ਪਾਵਾਂਗੇ ਚੰਡੀਗੜ੍ਹ ਕੋਠੀ ਤੇ ਮੈਨੂੰ ਵੀ ਆਉਣਗੇ ਨਜ਼ਾਰੇ ਤੇ ਕੱਲ ਨੂੰ ਆਪਾਂ ਹੀਰਿਆਂ ਦੇ ਵਪਾਰੀ ਕੋਲੇ ਜਾ ਕੇ ਨੋਟਾਂ ਦਾ ਟਰੱਕ ਭਰ ਕੇ ਲਿਆਵਾਂਗੇ ਬਾਈ ਚੱਲ ਫਿਰ ਕਿਹੜਾ ਚੱਲੀਏ ਆ ਜਾ ਹੁਣ ਤਾਂ ਕਰੋੜਾਂ ਦੇ ਮਾਲਕ ਬਣਨ ਵਾਲੇ ਆ ਜੋਰਿਆ ਇਹਦਾ ਖੈੜਾ ਛੱਡ ਦੇ ਤੂੰ ਮੇਰੀ ਐਸੀ ਝਾਂਜਰ ਛਣ ਕੇ ਛਣਕਾਟਾ ਪੈਂਦਾ ਗਲੀ ਗਲੀ ਵੇ ਜੋਰੇ ਵੇ ਮੱਦੀ ਮੈਂ ਤਾਂ ਭਾਈ ਆਪਣਾ ਕੰਮ ਕਰਤਾ ਉਹਨਾਂ ਦੇ ਦੁੱਧ ਤੇ ਸਬਜ਼ੀ ਚ ਨੀਂਦ ਵਾਲੀਆਂ ਗੋਲੀਆਂ ਮਿਲਾਤੀਆਂ ਤੇ ਜਦੋਂ ਬੇਹੋਸ਼ ਹੋ ਗਏ ਆਪਾਂ ਹੀਰਾ ਲੈ ਕੇ ਤਿੱਤਰ ਹੋ ਜਾਵਾਂਗੇ ਅਕਸਰ ਸਾਡੀ ਵੀ ਕੀ ਜਿੱਤ ਹੈ
ਓਏ ਪਰ ਬਾਪੂ ਆਪਾਂ ਇੰਨੀ ਦੌਲਤ ਕਿਵੇਂ ਸੰਭਾਲਾਂਗੇ, ਕਿਵੇਂ ਖਰਚਾਂਗੇ? ਤੁਹਾਡਾ ਤਾਂ ਪਤਾ ਨਹੀਂ, ਪਰ ਮੈਂ ਤਾਂ ਭਾਈ ਉਹਨਾਂ ਪੈਸਿਆਂ ਨਾਲ ਡਾਂਸ ਦਾ ਸਕੂਲ ਖੋਲੂ ਸਾਰੀ ਦਿਹਾੜੀ। ਤੋ ਤੋ ਥਈਆ ਤਿੱਪੜ ਤੈ, ਬੇਰੁਜ਼ਗਾਰ ਮੁੰਡਿਆਂ ਨੂੰ ਆਪਾਂ ਕੰਮ ਤੇ ਲਾਵਾਂਗੇ। ਹੁਣ ਤਾਂ ਪਤਾ ਹੀ ਹੈ ਭਾਈ, ਮੇਰੀ ਤਾਂ ਮਜਬੂਰੀ ਹੈ, ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਲੈ ਬਈ ਮੈਂ ਤਾਂ ਮਰਸੀ ਗੱਡੀ ਦੋ ਦੋ ਮੇਮਾ ਬਣਾ ਕੇ ਰੱਖੂ ਮੱਦੀ। ਫਿੱਟੇ ਮੂੰਹ ਤੇਰੇ ਜੋਰਿਆ, ਵੇਖ ਐਕਸੀਡੈਂਟ ਕਰਾ ਦੇਗਾ ਮਰਸੀ ਦਾ। ਉਹ ਸੌਰਾ ਸਾਹਿਬ ਜੀ ਪੈਰੀ ਪੈਣਾ ਜਿਉਂਦਾਰ। ਆਓ ਪ੍ਰਭੂ ਜੀ। ਆਓ ਬਈ ਸਾਲਿਓ, ਕਰਮਾ ਵਾਲਿਓ। ਲੈ ਬਈ ਜੋਰਿਆ, ਅੱਜ ਤੁਸੀਂ ਤਿੰਨਾਂ ਨੇ ਬਿਲਕੁਲ ਨਹੀਂ ਸੌਣਾ, ਪਹਿਰਾ ਦੇਣਾ ਠੋਕ ਕੇ। ਤੜਕੇ 4 ਵਜੇ ਸਾਨੂੰ ਉਠਾ ਦਿਓ। ਆਇਆ ਚੱਕੋ ਬੋਤਲ। ਤੁਸੀਂ ਫਿਕਰ ਨਾ ਕਰੋ ਸਤਿਕਾਰਯੋਗ ਪ੍ਰਾਹੁਣਾ ਜੀ, ਤੁਸੀਂ ਆਰਾਮ ਨਾਲ ਸੌਂ ਜਾਓ, ਅਸੀਂ ਚਿੜੀ ਨਹੀਂ ਭੜਕਣ ਦਿੰਦੇ, ਅਕਸਰ ਸਾਡੀ ਕੋਈ ਇੱਜ਼ਤ ਹੈ। ਸਾਲੇ ਠੱਗ, ਬਥੇਰਾ ਮੈਨੂੰ ਚੂੰਡ ਚੂੰਡ ਕੇ ਖਾ ਗਏ, ਪਰ ਮੈਂ ਹੁਣ ਤੁਹਾਨੂੰ ਨਹੀਂ ਦਵਾਲ, ਤੁਹਾਡੀਆਂ ਗੋਡਣੀਆਂ ਲਵਾਉਂ। ਉਹ ਤੁਸੀਂ ਫਿਕਰ ਨਾ ਕਰੋ ਪ੍ਰਾਹੁਣਾ ਜੀ, ਪੈਗ ਤਾਂ ਅਸੀਂ ਇੱਕ ਦੋ ਹੀ ਲਾਵਾਂਗੇ। ਪ੍ਰਾਹੁਣਾ ਜੀ ਤੁਸੀਂ ਇਹਨਾਂ ਨੂੰ ਛੱਡੋ, ਪਰ ਮੇਰੇ ਹੁੰਦਿਆਂ ਤੁਸੀਂ ਭਾਰਾ ਫਿਕਰ ਨਾ ਕਰੋ, ਕਿਉਂਕਿ ਤੁਹਾਨੂੰ ਤਾਂ ਪਤਾ ਹੀ ਹੈ। ਮੈਨੂੰ ਪਤਾ ਤੂੰ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਲੈ ਬਈ ਮੈਨੂੰ ਪਤਾ ਇਹ ਬੋਤਲ ਤੁਸੀਂ ਪੀ ਜਾਓਗੇ, ਤੁਹਾਨੂੰ ਫੇਰ ਵੀ ਨਹੀਂ ਕੁਛ ਹੋਣਾ, ਉਹ ਤੁਸੀਂ ਤਾਂ ਡਰੰਬਾਂ ਦੇ ਡਰੰਮ ਪੀ ਜਾਂਦੇ ਹੋ। ਚੱਲ ਭੋਲੇ ਚੱਲੀਏ ਫਿਰ ਆਪਾਂ ਤਾਂ, ਨਾਲੇ ਸੁਣ ਲਓ ਗੱਲ, ਓਏ ਪਹਿਰਾ ਵੀ ਦੇਣਾ। ਓਏ ਮੈਂ ਕਿਹਾ ਤੁਸੀਂ ਫਿਕਰ ਨਾ ਕਰੋ ਪ੍ਰਾਹੁਣਾ ਜੀ। ਚੰਗਾ ਬਾਪੂ ਜੀ, ਪੈਰੀ ਪੈਣਾ। ਸਤਿ ਸ੍ਰੀ ਅਕਾਲ ਭਾਈ, ਜਿਉਂਦਾ ਰਹਿ, ਭੱਜ ਲਿਆਵੇ ਹੁਣ ਮੈਨੂੰ ਨਹੀਂ ਪਾ ਦਿਓ, ਆਪ ਹੀ ਡੱਫੀ ਜਾਂਦੇ ਹੋ। ਆ ਤਾਂ ਰੱਬ ਨੇ ਆਪ ਹੀ ਮੌਕਾ ਬਣਾਤਾ। ਪਾ ਦੇ ਮੱਦੀ ਭੁੱਖ, ਮੈਨੂੰ ਵੀ ਪਾ ਦੇ ਭੋਰਾ। ਨੂੰ ਹੋਰ ਲਾਉਂਦੇ ਬਾਪੂ। ਨਾ ਨਾ ਬਸ ਕਰ, ਜ਼ਿਆਦਾ ਉਠ ਹੋ ਜਾਏਗਾ, ਮੈਂ ਵੀ ਚਿੱਤ ਕਰਾਰਾ ਕਰ ਲਾ ਭੋਰਾ। ਆ ਫੜ ਬੋਤਲ ਜੋਰਿਆ। ਬਾਪੂ ਲੈ ਬਾਈ ਭੋਲੇ। ਹਾਂ ਬਾਈ, ਅੱਜ ਮਨਾਈਏ ਆਪਾਂ ਹੀਰੇ ਦਾ ਜਸ਼ਨ, ਤੇ ਲਿਆ ਚੱਕ ਕੇ ਜੱਗ ਤੇ ਗਲਾਸ। ਮੈਂ ਕੱਲੇ ਹੀਰਾ ਵੇਚ ਕੇ ਖਰਬਾਂ ਪਤੀ ਬਣੂਗਾ, ਇਹਨਾਂ ਨੂੰ ਸਾਲਾਂ ਨੂੰ ਕਿਸੇ ਨੂੰ ਵੀ ਕਾਣੀ ਕੌਡੀ ਨਹੀਂ ਦਿੰਦਾ, ਫਿਰ ਨਜ਼ਾਰੇ ਆਉਣਗੇ ਜਾਣਗੇ। ਲੈ ਬਾਈ ਅੱਜ ਤੂੰ ਖਿੱਚ, ਇਹ ਆ ਚੱਕ ਪਾਣੀ ਪਾ ਲੈ। ਹੀਰਾ 10 ਕਰੋੜ ਦਾ ਤਾਂ ਮੈਂ ਕੱਲਾ ਹੀ ਮਾਲਕ ਬਣੂੰਗਾ, ਚੌਰਾ ਤੀਮੀਆਂ ਤੋਂ ਛਿੱਤਰ ਖਾਣਾ, ਇਹਦੀ ਬਦਨਾਮੀ ਕਰਕੇ ਤਾਂ ਮੇਰਾ ਵਿਆਹ ਨਹੀਂ ਹੁੰਦਾ। ਹੁਣ ਤਾਂ ਮੈਂ ਹੀਰਾ ਵੇਚ ਕੇ ਜਾਊਂਗਾ ਫੌਰਨ, ਹੁਣ ਤਾਂ ਨਜ਼ਾਰੇ ਲੈਣ ਦੀ ਮੇਮਾਂ ਨਾਲ ਮੇਰੀ ਵਾਰੀ ਹੈ। ਲੈ ਬਾਈ ਭੋਲੇ। ਹਾਂ ਬਾਈ, ਅੱਜ ਤੂੰ ਆਪਣੇ ਬੜੇ ਭਾਈ ਦੇ ਹੱਥੋਂ ਪੀ। ਤੇ ਬਾਈ ਤੂੰ ਛੋਟੇ ਭਾਈ ਦੇ ਹੱਥੋਂ ਪੀ। ਲੈ ਫੜ। ਹੁਣ ਹੀਰਾ ਆਪਣੇ ਕੋਲੇ ਆ ਗਿਆ, ਆਪਾਂ ਤਾਂ ਨਜ਼ਾਰੇ ਹੀ ਨਜ਼ਾਰੇ ਲਾਵਾਂਗੇ। ਆ ਘੁੰਮ ਗਿਆ ਬਾਈ, ਹੁਣ ਹੋਊਗਾ ਮੇਰਾ ਵਿਆਹ, ਤੇਰਾ ਤਾਂ ਕਰਤਾ ਘੋਗਾ ਚਿੱਤ। ਮੈਨੂੰ ਤੁਸੀਂ ਉਈ ਸਮਝਿਆ, ਮੈਂ ਕੱਲਾ ਪੰਚ ਨਹੀਂ ਲਾਉਂਦਾ। ਹਾਂ
ਲੈ ਬਈ ਜੀਤ ਝੌਰਾ ਓਏ ਤੇਰੀ ਤਾਂ ਖੁੱਲ ਗਈ ਕਿਸਮਤ ਜੀਤ ਜੀ ਕਿੰਗ ਜੀਤ ਜੀ ਕਿੰਗ ਨਹੀਂ ਲੱਗਦਾ ਪੈਂਚਰ ਮੈਂ ਤਾਂ ਮੈਂ ਅਰਬਾ ਪਤੀ ਹੋ ਗਿਆ ਨਿੱਕੀ ਹੋ ਗਿਆ ਹੀਰਾ ਚੋਰੀ ਹੋ ਗਿਆ ਹੀਰਾ ਚੋਰੀ ਹੋ ਗਿਆ ਹਾਂ ਜੋਰਾ ਤੇ ਮੱਦੀ ਕਿੱਥੇ ਨੇ ਨਾ ਤੂੰ ਮੇਰੇ ਭਾਈਆਂ ਤੇ ਸ਼ੱਕ ਕਰ ਰਹੇ ਅਸੀਂ ਜੈਲਦਾਰ ਹੁੰਨੇ ਆ ਇਹੋ ਜਿਹੇ ਹੀਰੇ ਤਾਂ ਸਾਡੀਆਂ ਕੰਧਾਂ 'ਚ ਜੜੇ ਹੋਏ ਨੇ ਹੌਲੀ ਬੋਲ ਭਾਬੀ ਨੀ ਸਾਡੀਆਂ ਦਾਸਾਂ ਤੇ ਪਾਣੀ ਫਿਰ ਗਿਆ ਅਸੀਂ ਤਾਂ ਅਮੀਰ ਹੋਣ ਤੋਂ ਪਹਿਲੇ ਹੀ ਗਰੀਬ ਹੋ ਗਏ ਹੁਣ ਨੀ ਮੇਰਾ ਵਿਆਹ ਹੁੰਦਾ ਮੇਰੀਆਂ ਦਾਸਾਂ ਤੇ ਪਾਣੀ ਫਿਰ ਗਿਆ ਓਏ ਕੰਜਰ ਦੇ ਪੁੱਤੋ ਰੌਲਾ ਨਾ ਪਾਓ ਪਰ ਅਸੀਂ ਚੋਰ ਨੀ ਹੋ ਸਕਦੇ ਨਾ ਸਤਿਕਾਰਯੋਗ ਜੀਜਾ ਜੀ ਸਾਡੀ ਵੀ ਕੋਈ ਇੱਜ਼ਤ ਹੈ ਓਏ ਪਰ ਚੋਰ ਹੈ ਕੌਣ ਉਹ ਤੁਸੀਂ ਮਾਸੜ ਜੀ ਇੱਕ ਵਾਰ ਚੋਰ ਦਾ ਨਾਂ ਦੱਸ ਦਿਓ ਓਏ ਪ੍ਰਾਉਣਾ ਜੀ ਫੇਰ ਦੇਖੀ ਮਤੀ ਦਾ ਕਮਾਲ ਕਮਾਲ ਦਿਆ ਪਰਾਂ ਮਰ ਤੂੰ ਆਏ ਹੀਰਾ ਹਾਏ ਨੀ ਭੈਣੇ ਤੇਰੀਆਂ ਆਸਾਂ ਤੇ ਪਾਣੀ ਫਿਰ ਗਿਆ ਅਜ਼ੀਜ਼ਾ ਵਿੱਚ ਡੁੱਬ ਕੇ ਮਰ ਗਏ ਓਏ ਹੁਣ ਕੀ ਕਰੀਏ ਓਏ ਡੱਕ ਲਾ ਲੋ ਡਾਂਸ ਕਰੋ ਡਾਂਸ ਮੈਂ ਬੋਲੀ ਪਾਉਣੀ ਬਾਰੀ ਬਰਸੀ ਖਟਣ ਗਿਆ ਸੀ ਪਰ ਮੂਰੇ ਮੁੜਿਆ ਹੈ ਓਏ ਆਕੀ ਬਾਪੂ ਆ ਦੇਖੀ ਟਾਇਰ ਟੂਪ ਇਹਦਾ ਮਤਬਲ ਓਏ ਚੋਰੀ ਜੀਤ ਪੈਂਚਰ ਵਾਲੇ ਕਰੀਆ ਜੀਤ ਪੈਂਚਰ ਵਾਲਾ ਜਾਓ ਮੇਰੇ ਸੂਰਮੇ ਭਾਈਓ ਹੀਰਾ ਵਾਪਸ ਲੈ ਕੇ ਮੁੜਿਓ ਜਾਓ ਬੁਆ ਉਹ ਕਜੀ ਚੋਰ ਆ ਗਏ ਓਏ ਚੋਰ ਆ ਗਏ ਮੈਂ
ਮੇਰੇ ਹੱਥਾਂ ਜਾਂ ਤੈਨੂੰ ਮੈਂ ਚਗਾਉਣਾ ਚੋਟੀਆਂ ਓ ਜ਼ੋਰ ਲਾ ਦੇ ਚੱਲ ਚੱਲ ਯਾ ਜਿੰਨਾ ਲੜਿਆ ਹੁਣ ਤੂੰ ਵੀ ਚੜਾ ਲੈ ਮੇਰਾ ਸਾਰਾ ਕੁੜੀ ਚਾਦਰਾ ਨਾ ਲਾ ਦਿਓ ਲਿਪੜ ਕੀਤਾ ਜਾਨ ਬੋਲਿਆ ਚਿੱਪ ਦੇ ਜੀ ਤੂੰ ਸਾਰੀ ਆਇਓ ਰੱਬਾ ਜੈ ਮਾਤਾ ਦੀ ਜੀ ਜੀ ਆਜਾ ਆ ਬਾਬੇ ਰਾਮਲੀਲਾ ਚ ਬੜੇ ਨੇ ਸਾਰੇ ਉਹ ਬਾਬੇ ਯਾਰ ਜੀਤ ਪੈਂਚਰ ਵਾਲਾ ਇੱਧਰ ਹੀ ਆਇਆ ਸੀਗਾ ਯਾਰ ਕਿੱਧਰ ਵਗ ਯਾਰ ਬਾਬੇ ਬਹਿ ਜਾ ਯਾਰ ਉਧਰ ਰਾਮਲੀਲਾ ਸ਼ੁਰੂ ਹੋਣ ਵਾਲੀ ਆ ਤੂੰ ਪਰੇ ਹਟ ਯਾਰ ਰਾਮਲੀਲਾ ਨੂੰ ਯਾਰ ਜੀਤ ਕੋਲੇ 5 ਕਰੋੜਾਂ ਰੁਪਏ ਦਾ ਹੀਰਾ ਯਾਰ ਉਹਨੂੰ ਲੱਭ ਪਹਿਲਾਂ ਤਾਂ ਰਾਵਣ ਜਦੋਂ ਵੀ ਲਾਉਂਦਾ ਪੱਕਾ ਪੈਂਚਰ ਲਾਉਂਦਾ ਬਾਬੇ ਯਾਰ ਜੀਤ ਪੈਂਚਰ ਵਾਲਾ ਰਾਵਣ ਦੇ ਰੂਪ ਚ ਆਪਾਂ ਰੰਗੇ ਉਸਤਾਦ ਨੂੰ ਹੁਣੇ ਖਬਰ ਕਰਦੇ ਹਾਂ ਕਿ ਜੀਤ ਪੈਂਚਰ ਵਾਲਾ ਰਾਵਣ ਬਣਿਆ ਹੋਇਆ ਫਿਰ ਤਾਂ ਉਸਤਾਦ ਕੈਲੇ ਬੁੜੇ ਦੀ ਫੈਮਿਲੀ ਵੀ ਉਰੀ ਹੋਊਗੀ ਚੱਲ ਆ ਜਾ ਆ ਜਾ ਤੂੰ ਅੱਧੀ ਰਾਤ ਨੂੰ ਦੱਸ ਕਿੱਥੋਂ ਆਈ ਹਾਏ ਮੇਰਾ ਤਾਂ ਲਕਸ਼ਮਣ ਨੇ ਨਾ ਕਾਟ ਦਿਆ ਮੈਂ ਤਾਂ ਸੀਟ ਕਿਵੇਂ ਸੁਣ ਕਿਆ ਕਰੂੰਗੀ ਪਹਿਲਾਂ ਤੂੰ ਮੈਨੂੰ ਐਂ ਦੱਸ ਤੂੰ ਉਹਦੇ ਕੋਲੇ ਕੀ ਟਿੰਡੀਆਂ ਲੈਣ ਗਈ ਸੀਗੀ ਹੈ 40 ਸਾਲਾਂ ਦੀ ਹੋ ਗਈ ਨਾ ਤੂੰ ਉੱਥੇ ਅੱਖ ਮਟਕੇ ਲੜਾਉਂਦੀ ਫਿਰਦੀ ਆ ਤੈਨੂੰ ਸ਼ਰਮ ਨੀ ਆਉਂਦੀ ਘਰੇ ਬੈਠੇ ਜਾਂਦਾ ਤੇਥੋਂ ਟਿੱਕੇ ਮੈਂ ਤੈਨੂੰ ਕਿੰਨੇ ਥਾਵੀਂ ਵਿਆਹਤਾ ਪਰ ਤੂੰ ਨਾ ਬਸੀ ਵੀਰਾ ਜਾ ਤੂੰ ਮੇਰਾ ਬਦਲਾ ਲੈ ਨਹੀਂ ਤਾਂ ਮੈਂ ਫਲੱਸ਼ ਵਾਲਾ ਤੇਜ਼ਾਬ ਪੀ ਕੇ ਮਰ ਜੂ ਤੇ ਜਾਂ ਫਿਰ ਮੈਂ ਐਸ ਪੀ ਗੁਰਦੇਵ ਸਿੰਘ ਕੋਲੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਚ ਰਿਪੋਰਟ ਕਰ ਦੂ ਵੀਰਾ ਓਏ ਓਏ ਤੂੰ ਮੈਨੂੰ ਨਾ ਹਵਾ ਭਰ ਨਾ ਮੇਰੇ ਚ ਪੰਪ ਨਾਲ ਹਵਾ ਭਰ ਓਏ ਮੈਂ ਨੀ ਤੇਰਾ ਬਦਲਾ ਲੈਂਦਾ ਵੀਰਾ ਤੇਰੀ ਇੰਨੀ ਚੜ੍ਹਾਈ ਚੰਨ ਸੂਰਜ ਤੇਰਾ ਪਾਣੀ ਭਰਦੇ ਨੇ ਦੇਵਤੇ ਰਾਸ਼ਕ ਤੈਥੋਂ ਡਰਦੇ ਨੇ ਵੀਰਾ ਵੀਰਾ ਤੂੰ ਮੇਰਾ ਬਦਲਾ ਲੈ ਨਹੀਂ ਤਾਂ ਮੈਂ ਮਨੁੱਖੀ ਅਧਿਕਾਰ ਕਮਿਸ਼ਨ ਕੋਲੇ ਚਲੇ ਜਾਣਾ ਵੀਰਾ ਮੇਰਾ ਬਦਲਾ ਲੈ ਲੈ ਵੀਰਾ ਓਏ ਓਏ ਮੈਂ ਤਾਂ ਨਵਾਂ ਸਾਈਕਲ ਨਹੀਂ ਲੈ ਸਕਦਾ ਮੈਂ ਬਦਲਾ ਕਿੱਥੋਂ ਲੈ ਲੂੰਗਾ ਓਏ ਤੂੰ ਕਿਉਂ ਮੇਰੀ ਜਣੇ ਖਣੇ ਨਾਲ ਦੁਸ਼ਮਣੀ ਪਵਾਉਣੀ ਹੈ ਜਾ ਤੂੰ ਘਰੇ ਜਾ ਮੈਂ ਤੇਰੇ ਐਤਕੀ ਫੱਕੜ ਚ ਫਾਹਾ ਭਰ ਦੂੰ ਚੰਗਾ ਫਿਰ ਜੇ ਬਦਲਾ ਨਹੀਂ ਲੈਣਾ ਤਾਂ ਹੀਰਾ ਮੇਰੇ ਹਵਾਲੇ ਕਰ ਦੇ ਮੈਂ ਕਿਰਾਏ ਦੇ ਗੁੰਡੇ ਲੈ ਕੇ ਆਪਣਾ ਬਦਲਾ ਆਪ ਲੈ ਲਾਂਗੀ ਓਏ ਮੈਨੂੰ ਬਾਬੇ ਮਰਾਣੇ ਦੀ ਸਹੁੰ ਲੱਗੇ ਮੇਰੇ ਕੋਲੇ ਹੀਰਾ ਨਹੀਂ ਹੈਗਾ ਉਹ ਹੀਰਾ ਤਾਂ ਜਦੋਂ ਮੈਂ ਕੱਪੜੇ ਬਦਲਦਾ ਸੀ ਨਾ ਉਹ ਅੰਦਰ ਹੀ ਗਿਰ ਗਿਆ ਕਿਤੇ ਸ਼ਰਮ ਤਾਂ ਨਹੀਂ ਆਉਂਦੀ ਭੈਣ ਨੂੰ ਇੱਕ ਕੱਚ ਦਾ ਟੁਕੜਾ ਵੀ ਨਹੀਂ ਦੇ ਸਕਦਾ ਓਏ ਤੂੰ ਮੇਰਾ ਮੂਡ ਨਾ ਖਰਾਬ ਕਰ ਦਫਾ ਹੋ ਜਾ ਇੱਥੋਂ ਮਹਾ ਮੰਤਰੀ ਗਾਣੇ ਵਾਲੀ ਕੋ ਬੁਲਾਓ ਮੇਰਾ ਮੂਡ ਖਰਾਬ ਹੋ ਗਿਆ ਦੁਰ ਫਿਟੇ ਮੂੰਹ ਸ਼ਰਮ ਤਾਂ ਨਹੀਂ ਆਉਂਦੀ ਚੱਪਣੀ ਚ ਨੱਕ ਡੋਬ ਕੇ ਮਰ ਜਾ ਭੈਣ ਦਾ ਨੱਕ ਵੱਡਿਆ ਤੇ ਤੈਨੂੰ ਦਾਸਦੀ ਪਈ ਫਿਟੇ ਮੂੰਹ ਦੁਰ ਫਿਟੇ ਮੂੰਹ ਤੇਰੇ ਮਹਾ ਮੰਤਰੀ ਮੈਂ ਆ ਰਹਾ ਹੂੰ ਗਾਣੇ ਵਾਲੀ ਕੋ ਤਿਆਰ ਰੱਖੋ ਮੰਗਤ ਬਾਈ ਮੈਨੂੰ ਸਮਝ ਨਹੀਂ ਆਈ ਰਾਵਣ ਵੀ ਪੈਂਚਰ ਲਾਉਂਦਾ ਹੁੰਦਾ ਸੀ
ਉਹ ਬਾਦਸ਼ਾਹ ਤੀ ਪੂਰੀ ਲੰਕਾ ਦਾ ਮਾਲਕ ਜੋ ਮਰਜ਼ੀ ਕਰੇ। ਹੀਰਾ ਕਿੱਥੇ ਹੈ ਦੇਬੋ ਗੰਦਾਰੀ? ਤੇ ਮੈਂ ਕਿਹੜਾ ਨਾਲ ਨਾ ਬੰਨਿਆ ਹੋਇਆ, ਮੈਂ ਤਾਂ ਆਪ ਉਹਦੀ ਭਾਲ 'ਚ। ਓਏ ਓਏ ਗੱਲ ਸੁਣੋ, ਮਹਾਰਾਸ਼ਟਰ ਮੇਰਾ ਮਤਲਬ ਧ੍ਰਿਤਰਾਸ਼ਟਰ। ਓਏ ਕਿਹੜਾ, ਹੌਲੀ ਬੋਲ, ਅਕਸਰ ਸਾਡੀ ਵੀ ਇੱਜ਼ਤ ਹੈ ਯਾਰ। ਮੈਂ ਆ ਤੇਰਾ ਮਾਸੜ ਅਕਬਰ। ਦੇਖ ਕੀ ਗੱਲ ਹੋਈ ਬਾਬਾ ਜੀ, ਹੈ ਗੱਲ ਕੀ ਹੋਣੀ ਤੀ? ਆਹਾ ਰਾਵਣ ਦੀ ਭੈਣ, ਮੇਰੇ ਮੁੰਡੇ ਸਲੀਮ ਦਾ ਜੀਣਾ ਦੁਪਰ ਕਰ ਰੱਖਿਆ, ਮਿੰਟ ਬਾਅਦ ਮਿਸ ਕਾਲ ਮਾਰ ਦੂ। ਉਹ ਤਾਂ ਸ਼ੁਕਰ ਕਰ ਉਹਦੇ ਕੋਲੇ ਆਊਟਗੋਇੰਗ ਦੇ ਪੈਸੇ ਨੀ। ਨਾ ਫਿਰ ਅਸੀਂ ਕਰੀਏ, ਸਾਡੀ ਤਾਂ ਰਾਵਣ ਉਹੀ ਨੀ ਬਣਦੀ, ਉਹਨੇ ਪੈਂਚਰ ਦੇ ਪੈਸੇ ਵੱਧ ਲੈ ਲਏ ਸੀ। ਮੈਂ ਜਾਣਦੀ ਹਾਂ, ਮੈਂ ਤੈਨੂੰ ਜਾਣਦੀ ਹਾਂ, ਤੂੰ ਇੱਥੇ ਹੀਰੇ ਦੀ ਭਾਲ 'ਚ ਆਇਆ ਹੋਇਆ। ਓਏ ਹੀਰੇ ਫਿਰ ਸਾਡੇ ਵਰਗੇ ਰਾਜੇ ਮਹਾਰਾਜਿਆਂ ਦੇ ਸਿਰਾਂ 'ਤੇ ਜੜੇ ਜਾਂਦੇ ਨੇ, ਤੇਰੇ ਵਰਗੀਆਂ ਮੇਰੇ ਸਾਲੇ ਦਾਣੇ ਭੁੰਨਣ ਵਾਲੀਆਂ ਦੇ ਨੀ। ਅਕਬਰ ਤੈਨੂੰ ਪਤਾ ਤੂੰ ਕਿਹਦਾ ਅਪਮਾਨ ਕਰ ਰਿਹਾ। ਸਪਾਹੀਓ ਗਿਰਫਤਾਰ ਕਰ ਲੋ, ਸਾਡੀ ਵੀ ਕੋਈ ਇੱਜ਼ਤ ਹੈ ਯਾਰ। ਓਏ ਮੇਰੇ ਸਾਲਿਓ, ਓਏ ਜੱਟ ਤਾਂ ਸਾਗੇ ਤੇ ਚੜਿਆ ਮਾਨ ਨਹੀਂ, ਅੱਜ ਤਾਂ ਮੈਂ ਸਟੇਜ ਤੇ ਚੜਿਆ ਫਿਰਦਾ, ਬਲਾ ਕਿਹਨੂੰ ਬੁਲਾਉਣਾ? ਦੇਖਾਂ ਦੇਖਾਂ ਕਿਵੇਂ ਪੁੱਛ ਰਿਹਾ ਫਿਰਦਾ, ਹੰਕਾਰਿਆ ਹੋਇਆ ਜੱਟ। ਅਕਬਰ ਤੂੰ ਯੁੱਧ ਦੀਆਂ ਸਿੰਘਣੀਆਂ ਨਾ ਛੇੜ, ਅਸੀਂ ਵੀ ਕਿਸੇ ਤੋਂ ਘੱਟ ਨਹੀਂ, ਅਕਸਰ ਸਾਡੀ ਵੀ ਕੋਈ ਇੱਜ਼ਤ ਹੈ। ਓਏ ਫਿਰ ਮਰਨ ਲਈ ਤਿਆਰ ਹੋ ਜਾ ਮਾਸੜ ਜੀ। ਦੇ ਜਾਣ ਦੇ, ਐਡਾ ਜ਼ੁਲਮ ਨਾ ਕਰ, ਹੈ ਉਹੀ ਵਿਚਰਾ ਫਿਰਦਾ, ਚੱਲ। ਚੰਗਾ ਫਿਰ ਚੁੱਪਚਾਪ ਹੀਰਾ ਮੇਰੇ ਹਵਾਲੇ ਕਰ ਦੋ। ਸਤਿਕਾਰਯੋਗ ਮਾਸਟਰ ਜੀ, ਹਾਂ ਹੀਰਾ ਤਾਂ ਜੀਤ ਪੈਂਚਰ ਵਾਲੇ ਕੋਲੇ ਹੈ। ਜੀਤ ਪੈਂਚਰ ਵਾਲੇ ਕੋਲੇ? ਓਏ ਜੇ ਹੀਰਾ ਜੜਿਆ ਜਾਊ ਤਾਂ ਸਿਰਫ ਅਕਬਰ ਦੇ ਮੁਕੁਟ ਤੇ ਜੜਿਆ ਜਾਊ, ਮੇਰਾ ਸਾਲਾ ਜੀਤ ਪੈਂਚਰ ਵਾਲਾ ਹੁਣੇ ਲੱਭਦਾ ਉਹਨੂੰ ਜਾ ਕੇ। ਯਾਰ ਇਹ ਮਹਾਭਾਰਤ ਚੱਲ ਰਹੀ ਹੈ ਕਿ ਰਾਮਲੀਲਾ? ਉਦੋਂ ਵੀ ਅਕਬਰ ਹੁੰਦਾ ਸੀ। ਹੁਣ ਯਾਰ ਮੈਨੂੰ ਕੀ ਪੂਛ ਖਿੱਚੀ ਦੀ ਹੈ। ਹਾਏ ਜੱਸੀ ਬਾਈ, ਉੱਧਰ ਦੇਖ, ਉੱਧਰ ਦੇਖ ਕਿਵੇਂ ਮਿਲਦੀ ਹੈ। ਹਾਏ ਕੁੜੀਏ ਇਹ ਉਹੀ ਬੰਦਾ ਜਿਹੜਾ ਆਪਣੀਆਂ ਮੱਝਾਂ ਦਾ ਦੁੱਧ ਚੋ ਚੋ ਕੇ ਵੇਚਦਾ ਰਿਹਾ। ਰਾਂਝਿਆ ਇਹ ਮੈਂ ਕੀ ਸੁਣ ਰਹੀ ਹਾਂ ਵੇ, ਤੇਰਾ ਸਟੈਂਡਰਡ ਇੰਨਾ ਲੋਅ ਹੋ ਗਿਆ ਤੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ। ਇਹਦੇ ਨਾਲੋਂ ਚੰਗਾ ਸੀ ਮੈਂ ਕਾਲੇ ਸ਼ਾਹ ਕਾਦਰੀ ਨਾਲ ਮੈਰਿਜ ਕਰਵਾ ਲੈਂਦੀ। ਹੀਰੇ ਇਹ ਬਕਵਾਸ ਕਰਦਾ ਕੁੱਤਾ, ਮੈਂ ਕਦੇ ਵੀ ਦੁੱਧ ਨਹੀਂ ਵੇਚਿਆ ਡਾਰਲਿੰਗ, ਮੈਂ ਤਾਂ ਗੋਹਾ ਵੇਚਿਆ ਸੀ। ਇਹਦੇ ਨਾਲ ਵਿਆਹ ਕਰਾਂ ਤੇਰਾ, ਇਹਦੇ ਨਾਲ ਜਿਹੜਾ ਗੋਹਾ ਵੇਚ ਵੇਚ ਕੇ ਗੁਜ਼ਾਰਾ ਕਰਦਾ, ਡੰਗਰਾਂ 'ਚ ਰਹਿ ਰਹਿ ਕੇ ਇਹਦਾ ਦਿਮਾਗ ਵੀ ਡੰਗਰਾਂ ਵਰਗਾ ਹੋ ਗਿਆ। ਹੀਰੇ ਜੇ ਤੂੰ ਇਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰਾ ਵਿਆਹ ਮਿਰਜ਼ੇ ਨਾਲ ਕਰ ਦਿਆਂਗਾ। ਨਹੀਂ ਨਹੀਂ ਚਾਚਾ ਨਹੀਂ, ਇਹ ਤੂੰ ਕੀ ਕਹਿ ਦਿੱਤਾ ਜੀ, ਤੂੰ ਨਹੀਂ ਜਾਣਦਾ ਮਿਰਜ਼ਾ ਤਾਂ ਮੇਰੇ ਭਰਾਵਾਂ ਵਰਗਾ ਹੈ। ਓਏ ਕਿੱਦਾਂ, ਓਏ ਮੈਥੋਂ ਦੂਜੀ ਰੱਤ ਵੀ ਨਾ ਤੜਵਾ ਲਈ, ਮੈਂ ਤੇ ਹੀਰ ਜਨਮਾਂ ਜਨਮਾਂ ਦੇ ਸਾਥੀ ਹਾਂ। ਹਾਂ ਕਿਉਂ ਹੀਰੇ, ਆਪਾਂ ਜਨਮਾਂ ਜਨਮਾਂ ਦੇ ਸਾਥੀ ਹਾਂ ਨਾ। ਓਏ ਹੀਰ ਤੋਂ ਮੈਨੂੰ ਹੀਰਾ ਦਵਾ ਦੇ, ਫਿਰ ਤੇਰਾ ਮੈਂ ਹੀਰ ਨਾਲ ਵਿਆਹ ਕਰ ਦਿਆਂਗਾ। ਓਏ ਓਏ ਤੂੰ ਉਹ ਹੀਰਾ ਮੇਰੇ ਹਵਾਲੇ ਕਰ ਦੇ, ਇਸ ਕੰਜਰੀ ਨੂੰ ਚਾਹੇ ਤੂੰ ਕਾਣੇ ਗਧੇ ਨਾਲ ਵਿਆਹੀ। ਓਏ
ਹੈ ਕਿਸੇ ਚ ਹਿੰਮਤ ਜੋ ਭੀਮ ਦੇ ਹੱਥ ਵਿੱਚੋਂ ਹੀਰ ਦਾ ਹੱਥ ਛੁਡਾ ਸਕੇ? ਨਹੀਂ ਹਾਏ ਵੇ ਭੀਮ, ਇਹ ਤੂੰ ਕੀ ਕਹਿ ਦਿੱਤਾ ਈ ਵੇ, ਮੈਂ ਤਾਂ ਤੇਰੀਆਂ ਮਾਵਾਂ ਵਰਗੀਆਂ। ਨਹੀਂ ਓਏ ਓਏ ਮੇਰਾ ਸਾਲਿਓ, ਓਏ ਓਏ ਇਹਦਾ ਵਿਆਹ ਤਾਂ ਮੇਰੇ ਨਾਲ ਹੀ ਹੋਊਗਾ। ਓਏ ਜੋਧਾ ਬਾਈ ਦੇ ਮਰਨ ਤੋਂ ਬਾਅਦ ਮੈਂ ਸੌਂ ਖਾਧੀ ਸੀ ਵੀ ਮੈਂ ਵਿਆਹ ਕਰਾਊਂਗਾ ਤਾਂ ਹੀਰ ਨਾਲ ਕਰਾਊਂਗਾ, ਨਹੀਂ ਮੈਂ ਸਾਰੀ ਉਮਰ ਕੁਵਾਰਾ ਹੀ ਮਰ ਜੂ ਮੇਰੇ ਸਾਲਿਓ। ਤੂੰ ਹੈ ਕੌਣ ਬੁੱਢਿਆ? ਓਏ ਮੈਂ ਬਾਦਸ਼ਾਹ ਅਕਬਰ। ਹਾਏ ਅਕਬਰ, ਪੈਰੀ ਪੈਣੀਆਂ ਬਾਬਾ ਜੀ, ਜਾਂਦੀ ਰਹਿ ਮੰਮ ਮੇਰਾ ਮਤਲਬ। ਓਏ ਹਾਂ ਤੂੰ ਚਾਹੇ ਕੁਵਾਰਾ ਮਰ, ਹਾਂ ਟੱਠੇ ਖੂਚ ਜਾ, ਹਾਂ ਹੀਰ ਰਾਂਝੇ ਦੀ ਬੁੱਕਲ ਦਾ ਗਹਿਣਾ। ਓਏ ਓਏ ਕੀ ਹੋ ਰਿਹਾ, ਇਹ ਕੌਣ ਹੈ? ਓਏ ਚੂਚਕ ਸਾਡੇ ਘਰੇ ਰੁਪਿਆ ਫੜਾ ਕੇ ਗਿਆ। ਹੀਰ ਸਾਡੇ ਖਾਨਦਾਨ ਦੀ ਬਹੂ ਬਣੂਗੀ, ਸਾਡੀ ਇੱਜ਼ਤ ਹੈ। ਓਏ ਅੰਨਿਆ, ਓਏ ਸਾਡੀ ਕੁੜੀ ਹੈ, ਅਸੀਂ ਨਹੀਂ ਵਿਆਹੁੰਦੇ। ਨੀ ਨੀ ਚੱਲ ਚੱਲ ਹੀਰੇ ਮੇਰੇ ਨਾਲ, ਹੀਰ ਦਾ ਅਕਬਰ ਦੀ ਮੰਗੇਤਰ ਬਣੂਗੀ, ਚੱਲ ਡਾਰਲਿੰਗ। ਬਚਾ ਬਚਾ ਦੇ ਅਕਬਰ ਬਚਾ। ਓਏ ਓਏ ਹੀਰ ਨੂੰ ਲੈ ਗਿਆ ਤੇਰੀ ਮਾਂ ਦਾ ਕਸਮ। ਬਾਈ ਹੀਰ ਵੀ ਰਾਵਣ ਦੇ ਜ਼ਮਾਨੇ ਚ ਹੋਈ ਹੈ। ਰਾਵਣ ਦੇ ਜ਼ਮਾਨੇ ਕੀ ਨਹੀਂ ਹੋਇਆ, ਰਾਵਣ ਨੇ ਕਾਲ ਪਾਵੇ ਨਾਲ ਬੰਨਿਆ ਹੋਇਆ ਸੀ, ਕੀ ਪਤਾ ਹੀਰ ਵੀ ਰਾਵਣ ਨੇ ਲਿਖੀ ਹੋਵੇ। ਉਹ ਸਹੀ ਗੱਲ ਹੈ ਬਈ, ਸਹੀ ਗੱਲ ਹੈ। ਜੇ ਕਿਤੇ ਰਾਵਣਾ ਹੀਰਾ ਦੁਬਾਰੇ ਤੇਰੇ ਹੱਥ ਲੱਗ ਜੇ ਨਾ, ਲੰਕਾ ਛੱਡ ਕੇ ਸਿੱਧਾ ਬਾਹਰਲੀ ਕੰਟਰੀ ਚਲਿਆ ਜਾਈ ਤੇ ਉੱਥੇ ਜਾ ਕੇ ਖੋਲੀ ਪੈਂਚਰਾਂ ਦੀ ਦੁਕਾਨ। ਰਾਵਣ ਕਿੱਥੇ ਆ ਤੇਰੀ ਭੈਣ, ਕੱਢ ਉਹਨੂੰ ਬਾਹਰ। ਉਹ ਕੀ ਗੱਲ ਹੋ ਗਈ ਮੁੰਡਿਆ? ਉਹ ਮੇਰੇ ਭਰਾ ਅਰਜਨ ਨੂੰ ਚਿੱਠੀਆਂ 'ਚ ਗਲਤ ਗੱਲਾਂ ਲਿਖਦੀਆਂ, ਮੈਂ ਉਹਨੂੰ ਜਿਉਂਦੀ ਨਹੀਂ ਛੱਡਾਂਗਾ। ਓਏ ਰਿਲੈਕਸ ਮੁੰਡਿਆ ਰਿਲੈਕਸ, ਓਏ ਉਹਦੇ ਨਾਲ ਸਿਰਾ ਬਥੇਰੀ ਕੁੱਤੇ ਖਾਣੀ ਬਣਦੀ ਆ, ਪਰ ਉਹ ਨਹੀਂ ਸਮਝਦੀ ਆ ਪਰਸੋਂ ਔਰੰਗਜ਼ੇਬ ਗੋਡੇ ਜਿੱਡਾ ਲਾਂਭਾ ਦੇ ਕੇ ਗਿਆ, ਮੈਂ ਦੱਸ ਕੀ ਕਰਾਂ ਮੇਰੇ ਯਾਰ। ਰਾਵਣ ਤੂੰ ਉਹਨੂੰ ਬਾਹਰ ਕੱਢ, ਮੈਂ ਉਹਨੂੰ ਦੇਵਾਂਗਾ ਧਨੇਸੜੀ। ਓਏ ਭੀਮਸੈਨ ਸਿਰਾ ਗੁੱਸਾ ਥੁੱਕ ਦੇ, ਓਏ ਲਛਮਣ ਨੇ ਉਹਦਾ ਨੱਕ ਨਹੀਂ ਵੱਢਣਾ ਸੀ, ਉਹਦੀਆਂ ਬੰਨੀਆਂ ਤੀ ਲੱਤਾਂ, ਓਏ ਉਹ ਤੋਂ ਡਰਦਾ ਮਾਰਾ ਕੋਈ ਪਹਿਰੇਦਾਰ ਪਹਿਰਾ ਨਹੀਂ ਦਿੰਦਾ। ਰਾਵਣ ਉਹ ਹੀਰਾ ਮੇਰੇ ਹਵਾਲੇ ਕਰ ਦੇ, ਨਹੀਂ ਯੁੱਧ ਵਾਸਤੇ ਤਿਆਰ ਹੋ ਜਾ। ਮੇਰੇ ਕੋਲੇ ਹੀਰਾ ਸੁਈਦਾ ਯਾਰ, ਮੈਂ ਯੁੱਧ ਕਿੱਥੋਂ ਲੜ ਸਕਦਾ, ਮੈਂ ਗਰੀਬ ਬੰਦਾ, ਮੇਰੇ ਜਵਾਕ ਰੁਲ ਜਾਣਗੇ। ਉਹ ਹੀਰੇ ਦੀ ਮੈਨੂੰ ਸਖ਼ਤ ਜ਼ਰੂਰਤ ਆ, ਕਿਉਂਕਿ ਮੇਰੇ ਭਰਾ ਅਰਜਨ ਦਾ ਵਿਆਹ ਚੰਗ ਸੈਲਾਂ ਦੀ ਹੀਰ ਨਾਲ ਹੋਣ ਜਾ ਰਿਹਾ। ਓਏ ਉਹ ਤਾਂ ਮੇਰੀ ਮੰਗ ਹੈ ਮੁੰਡਿਆ। ਰਾਵਣ ਉਹ ਸਿਰਫ ਸਾਡੇ ਖਾਨਦਾਨ ਦੀ ਨੂੰਹ ਬਣੂਗੀ, ਸਮਝ ਗਿਆ? ਲੈ ਬਈ ਰਾਵਣਾ, ਹੁਣ ਤੇਰਾ ਤਾਂ ਲੱਗ ਗਿਆ ਪੱਕਾ ਪੰਚਰ, ਹੁਣ ਹੀਰ ਤੋਂ ਬਿਨਾਂ ਕੀ, ਮੈਨੂੰ ਹੀਰ ਤਾਂ ਕੀ ਮਤਲਬ, ਮੈਨੂੰ ਤਾਂ ਹੀਰੇ ਤੱਕ ਮਤਲਬ ਹੈ। ਅਗਰ ਹੀਰਾ ਮੁਝਕੋ ਮਿਲ ਜਾਏ ਪੰਚਰ ਲਗਾਨਾ ਛੋੜ ਦੂੰਗਾ ਹਮ। ਖੰਭ ਕੱਟ ਸੁੱਟ ਗਿਓ ਸ਼ਿਕਾਰੀਆ ਵੇ, ਮੈਂ ਜ਼ਖਮੀ ਪਰਿੰਦੇ ਵਾਂਗੂ ਦਿਨ ਕੱਟਦੀ, ਵੇ ਮੈਂ ਜ਼ਖਮੀ ਪਰਿੰਦੇ ਵਾਂਗੂ ਦਿਨ ਕੱਟਦੀ। ਓ ਤੂੰ ਟੈਰ ਤੂੰ ਟਿਊਬ ਤੂੰ ਹੈ ਬੈਂਪਰ, ਅਗਰ ਮੁਝਕੋ ਹੀਰਾ ਨਾ ਮਿਲਾ ਤੋ ਮੈਂ ਕਰ ਦੂੰਗਾ ਪੰਚਰ, ਖੈਰ ਪਾ ਬਾਲ ਕੇ ਮੈਂ ਜਦੋਂ ਵੀ ਲਾਉਣਾ ਪੱਕਾ ਪੰਚਰ ਲਾਉਣਾ। ਨਾ ਭਾਈ ਨਾ, ਮੈਂ ਨੀ ਤੈਨੂੰ ਖੈਰ ਪਾਉਂਦੀ, ਮੈਨੂੰ ਤਾਂ ਤੂੰ ਸਾਧ ਨੀ ਜੀਤ ਪੈਂਚਰ ਵਾਲਾ ਲੱਗਦਾ ਹੈ। ਅਲਖ ਨਿਰੰਜਨ ਜੈ ਸੰਤਾਂ ਦੀ। ਕੌਣ ਹੈ ਵੇ ਤੂੰ? ਗਰੀਬ ਜੀ ਸੋਚ ਵਾਲਾ। ਗਰੀਬ ਕਿਵੇਂ? ਦੁਨੀਆ ਕਰੋੜਾਂ ਅਰਬਾਂ ਖਰਬਾਂ ਤੇ ਪਹੁੰਚ ਗਈ ਤੇ ਤੂੰ ਅਜੇ ਤੱਕ ਲੱਖ ਦਾ ਹੀ ਨਿਰੰਜਨ ਲਈ ਫਿਰਦਾ। ਹੀਰੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ, ਰਾਂਝਾ ਚਾਕ ਉਹੀ ਬੰਜਲੀ ਵਾਲਾ। ਹਾਏ ਮੈਂ ਮਰ ਗਈ। ਰਾਂਝਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚੋਂ ਮੈਨੂੰ ਮੂੰਹ ਦਿਸਦਾ ਵੇ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਵੇ, ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ। ਕੁੜੀਏ ਤੈਨੂੰ ਚਾਰੇ ਪਾਸੇ ਹੀ ਦਿੰਦਾ ਨਾ, ਮੇਰੇ ਮੂੰਹ ਤੇ ਕੀ ਮਾਤਾ ਨਿਕਲੀ ਹੋਈ ਹੈ। ਓਏ ਖੈਰ ਪਾ ਦੇ, ਸੰਤ ਤੇਰੀ ਤਕਦੀਰ ਬਦਲ ਦੇਣਗੇ। ਓਏ ਬਨੈਣ ਤੂੰ ਮਹੀਨਾ ਮਹੀਨਾ ਨਹੀਂ ਬਦਲਦਾ, ਕਿਉਂ ਬੁੱਢੇ ਅਕਬਰ ਦੇ ਘਰੇ ਨਰਕ ਭੋਗ ਰਹੀ ਹੈ? ਮੇਰੇ ਨਾਲ ਚੱਲ ਚੰਡੀਗੜ੍ਹ,
ਮੈਂ ਤੈਨੂੰ ਗੋਲ ਗੱਪੇ ਖਵਾਉਂਗਾ, ਗੋਲ ਗੱਪਿਆਂ ਦਾ ਪਾਣੀ ਪਿਲਾਉਂਗਾ। ਰਾਂਝਿਆ, ਮੇਰਾ ਵੀ ਬੜਾ ਜੀ ਕਰਦਾ ਕਿ ਮੈਂ ਸੁਖਨਾ ਝੀਲ ਤੇ ਬੋਟਿੰਗ ਕਰਾਂ, 17 ਸੈਕਟਰ ਘੁੰਮਾਂ। ਰਾਂਝਿਆ, ਹੀਰ ਤਾਂ ਅਸਲਾਂ ਤੋਂ ਰਾਂਝੇ ਚ ਆਖਦੀ ਹੈ ਤੇ ਹੁਣ ਮੇਰੇ ਬਾਪ ਦੀ ਬਣੀ ਬੈਠੀ ਹੈ, ਤੇ ਮੈਨੂੰ ਐਂ ਦੱਸ ਹੀਰਾ ਕਿੱਥੇ ਆਇਆ? ਹੀਰਾ, ਹੀਰਾ ਤਾਂ ਮੈਂ ਇੱਥੇ ਪਾ ਲਿਆ। ਓਏ ਕਿੱਥੇ ਪਾ ਲਿਆ? ਖੀਸੇ ਚ ਪਾ ਲੈਂਦੀ। ਹੀਰਾ ਕੌਣ ਨੇ ਇਹ ਮੇਰੇ ਸਾਲੇ? ਬੇਵਫਾ, ਬੇਹਯਾ, ਧੋਖੇਬਾਜ਼ੇ, ਮੈਨੂੰ ਪਤਾ ਇਹ ਮੇਰੇ ਸਾਲੇ ਤੇਰੇ ਆਸ਼ਕ ਨੇ। ਨਹੀਂ, ਹਾਏ ਵੇ ਜ਼ਾਲਮਾ, ਇੱਕ ਪਤੀਵਰਤ ਔਰਤ ਨੂੰ ਇਹ ਕੀ ਕਹਿ ਦਿੱਤਾ ਈ ਵੇ? ਹਾਏ ਵੇ, ਦੇਖੀ ਹੁਣ ਅਸਮਾਨ ਗੜਕੇਗਾ, ਧਰਤੀ ਫਟੇਗੀ। ਹੈ ਫਿਟੇ ਮੁੰਡੇ ਤੇਰੇ, ਅੱਜ ਫਟੀ ਨਹੀਂ। ਜੇ ਕਿਸੇ ਨੇ ਹਿੱਲਣ ਦੀ ਕੋਸ਼ਿਸ਼ ਕੀਤੀ ਮੈਂ ਪੁੰਨ ਕੇ ਰੱਖ ਦਿਆਂਗਾ। ਓ ਤੂੰ ਕਿੱਥੇ ਚੱਲਿਆ ਵਿਜੜਿਆ ਜਿਹਾ? ਓ ਮਾਤਾ ਜੀ, ਰਾਮਲੀਲਾ ਚ ਰਾਵਣ ਜੀ ਮਹਾਰਾਜ ਦਾ ਰੋਲ ਕਰਦਾ ਸੀਗਾ। ਮਾਤਾ ਜੀ, ਜੀਤ ਪੰਚਰ ਵਾਲਾ ਦਫਾ ਜਾ। ਭਾਜੀ ਮੈਂ ਵੀ ਜਾਵਾਂ, ਮੈਂ ਤਾਂ ਨਾ ਹੀਰ ਦਾ ਰੋਲ ਕਰਦੀ ਸੀ। ਓਏ ਤੂੰ ਵੀ ਕਰਦੀ ਫਿਰਦਾ, ਉਹ ਨਚਾਰਾ ਜਿਹਾ, ਦਫਾ ਹੋ ਜਾ ਤੂੰ ਹੀ। ਥੈਂਕ ਯੂ ਜੀ, ਮੈਂ ਤੇ ਭਾਈ ਦਾ ਰੋਲ ਕਰਦਾ ਸੀਗਾ। ਤੈਨੂੰ ਮੈਂ ਭੇਜਦਾ ਵਾਂ। ਓਏ ਮੁੰਡਿਓ, ਓਏ ਫੜ ਲਓ ਇਹਨਾਂ ਨੂੰ, ਲੈ ਜਾਓ ਆਪਣੇ ਅੱਡੇ ਤੇ। ਓਏ ਫੜ ਲਓ, ਚੱਲ ਮੈਨੂੰ ਮਦਦ ਮੁੰਡਾ, ਚੱਲ ਜਾ ਇਹਨੂੰ। ਦੇਖਿਆ, ਮੈਂ ਇੰਨੇ ਸਾਲ ਜੇਲ੍ਹ 'ਚ ਚੋਰਾਂ ਚੱਕਿਆਂ ਨਾਲ ਉਹੀ ਖਰਾਬ ਨਹੀਂ ਕੀਤੇ, ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਆਹ ਵੇਖੋ, ਹੀਰਾ ਤਾਂ ਮੇਰੇ ਕੋਲ ਹੈ। ਹਾਏ ਵੇ, 10 ਕਰੋੜ ਦਾ ਹੀਰਾ ਆਪਾਂ ਕਿਵੇਂ ਪਹੁੰਚਾਵਾਂਗੇ ਵੇ? ਹਾਏ ਬਾਪੂ ਧਰਮ ਨਾਲ, ਓਏ ਆ ਤਾਂ ਕਮਾਲ ਹੀ ਕਰਤਾ। ਓਏ ਸਾਨੂੰ ਤਾਂ ਅੱਜ ਲੱਗਿਆ ਕਿ ਤੂੰ ਸਾਡਾ ਅਸਲੀ ਪਿਓ ਆ। ਫਿਟੇ ਫਿਟੇ ਉਹ, ਪਰ ਬਾਪੂ ਆਪਾਂ ਇੰਨੇ ਦਿਨ ਇੱਥੇ ਕਿਉਂ ਬੈਠੇ ਰਹੇ? ਉਦੇ ਤੇ ਕਿਉਂ ਨਹੀਂ ਗਏ? ਖਾ ਪੀ ਕੇ ਮਰ ਜੇ, ਮੋਟੇ ਦਿਮਾਗ ਦਿਆ। ਜੇ ਆਪਾਂ ਪਹਿਲਾਂ ਹੀ ਚਲੇ ਜਾਂਦੇ ਤੁਹਾਨੂੰ ਸ਼ੱਕ ਨਾ ਹੋ ਜਾਂਦਾ? ਨਾਲ ਦੇਖ ਤੇਰੇ ਪਿਓ ਦੀ ਚਤਰਾਈ, ਜੀਤ ਤੋਂ ਇੰਨੀ ਸਫਾਈ ਨਾਲ ਹੀਰਾ ਚੋਰੀ ਕਰਕੇ ਲਿਆ ਕੇ ਉਹਦੇ ਫਰਿਸ਼ਤਿਆਂ ਨੂੰ ਵੀ ਨਹੀਂ ਪਤਾ। ਚੇਤ ਕਰੋ, ਸਮਾਨ ਚੁੱਕੋ, ਤਿੱਤਰ ਹੋ ਜਾਓ ਤਿੱਤਰ। ਬਾਪੂ, ਭਾਈ ਉਹ ਕਿੱਥੇ ਨੇ? ਭਾਈ ਕੁਝ ਦੱਸਦੇ ਕਿਉਂ ਨਹੀਂ ਹੈਗੇ? ਕਿੰਨੇ ਦਿਨ ਹੋ ਗਏ ਔਰ ਤੁਸੀਂ ਵੀ ਚੋਰੀ ਚੋਰੀ ਚੱਲੇ ਹੋ। ਓ ਉਹਨਾਂ ਦਾ ਬਦਮਾਸ਼ ਰਹਿ ਗਏ ਚੱਕ ਕੇ। ਵੇ ਕਿਹੜੇ? ਓਏ ਓਏ ਹੀਰੇ ਵਾਲੇ। ਛਿੰਦਰੇ ਭਾਈ, ਚੰਗਾ ਭਾਈ ਬੋਲਾ ਚੱਲਿਆ, ਮਾਫ ਕਰੋ। ਅਸੀਂ ਤਾਂ ਭਾਈ, ਸਾਡੀ ਤਾਂ ਭਾਈ ਜਾਨ ਨੂੰ ਖਤਰਾ। ਚਲੋ ਵੇ ਮੁੰਡੇ, ਛੇਤੀ ਕਰੋ, ਚੱਕੋ ਜੁੱਲੀ ਬਿਸਤਰਾ, ਚੱਕੋ ਵੇ। ਤੁਹਾਡਾ ਖੂਨ ਇੰਨਾ ਚਿੱਟਾ ਹੋ ਗਿਆ, ਮਤਲਬ ਹੀ ਹੋ ਅੱਜ ਭੈਣ ਨੂੰ ਦੁੱਖ ਦੀ ਘੜੀ ਵਿੱਚ ਛੱਡ ਕੇ ਤੁਸੀਂ ਜਾ ਰਹੇ ਹੋ? ਮੈਂ ਸਾਰਾ ਸਾਰਾ ਦਿਨ ਤੁਹਾਨੂੰ ਲੰਗਰ ਖਵਾਉਂਦੀ ਰਹੀ ਤੇ ਤੁਸੀਂ ਉਸ ਤਾਂ ਮੈਨੂੰ ਆਸਰਾ ਦਿੱਤਾ। ਪੇਕੇ ਜਿਹੋ ਜੇ ਮਰਜ਼ੀ ਹੋਣ, ਧੀ ਉਹਨਾਂ ਨੂੰ ਸਰਾਉਂਦੀ ਨਹੀਂ ਥੱਕਦੀ। ਮੰਮੀ, ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਇਹਨਾਂ ਦੀ ਜ਼ਮੀਰ ਮਰੀ ਹੋਈ ਹੈ। ਮੰਮੀ, ਇਹ ਲੋਕ ਤਾਂ ਸਿਰਫ ਆਪਣੇ ਢਿੱਡ ਵਾਸਤੇ ਜਿਉਂਦੇ ਆ। ਇਹ ਬੇਅਣਕੇ ਨੇ, ਰਿਸ਼ਤਿਆਂ ਦੀ ਕਦਰ ਤਾਂ ਅਣਖ ਵਾਲੇ ਕਰਦੇ ਨੇ। ਲੋਕ ਧੀਆਂ ਦੇ ਘਰ ਦਾ ਪਾਣੀ ਨਹੀਂ ਪੀਂਦੇ ਤੇ ਇਹ ਕੂਹਾਂ ਦੇ ਖੂਹ ਛੜਾ ਕੇ ਗਏ। ਨਮਕ ਹਰਾਮੀਓ, ਮੈਂ ਤੁਹਾਡੇ ਵਾਸਤੇ ਕੀ ਨਹੀਂ ਸਿਹਾ, ਤੁਹਾਨੂੰ ਹਮੇਸ਼ਾ ਵੱਡਾ ਦਿਖਾਇਆ। ਮਾਮਾ, ਮਾਂ ਦੇ ਵਿੱਚ ਸਿਰਫ ਇੱਕ ਮਾਮਾ ਹੁੰਦਾ, ਦੋ ਮਾਵਾਂ ਜੋੜ ਕੇ ਇੱਕ ਮਾਮਾ ਬਣਦਾ। ਮੈਂ ਤੁਹਾਨੂੰ ਇੱਕ ਬੁੱਢੀ ਦੀ ਸੱਚੀ ਕਹਾਣੀ ਸੁਣਾਉਣੀ ਹੈ। ਉਹਦੇ ਭਰਾ, ਪੁੱਤ ਤੇ ਪਤੀ ਨੂੰ ਕਤਲ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਹੋ ਗਈ। ਜੱਜ ਨੇ ਕਿਹਾ ਕਿ ਤੂੰ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਬਚਾ ਸਕਦੀ ਹੈ। ਬੁੱਢੀ ਨੇ ਸੋਚਿਆ, ਪੁੱਤ ਵੀ ਹੋਜੂ, ਪਤੀ ਵੀ ਮਿਲ ਜੂ, ਪਰ ਭਰਾ ਨਹੀਂ ਮਿਲਣਾ। ਕਦੋਂ ਜੰਮੇ, ਕਦੋਂ ਭੈਣ ਭਾਈ ਬਣੇ? ਬਸ ਭੈਣੇ, ਤੂੰ ਰੋ ਨਾ। ਜਿਹੜੇ ਭਣੋਈਏ ਦੇ ਦੋ ਦੋ ਸਾਲੇ ਹੋਣ, ਉਹਦਾ ਕੋਈ ਬਾਲ ਵੀ ਬਿੰਗਾ ਨਹੀਂ ਕਰ ਸਕਦਾ। ਬਾਪੂ, ਤੂੰ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ, ਅੱਜ ਤੇਰਾ ਟਾਈਮ ਆ ਗਿਆ ਉਹਨਾਂ ਨੂੰ ਨਚਾਉਣ ਦਾ। ਆ ਚੱਕ, ਅੱਜ ਦੇਖੀ ਫਿਰ ਜੈਲਦਾਰ ਬਖਤਾਵਰ ਸਿੰਘ ਦੇ ਰੰਗ। ਮੈਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ। ਮਾਰਦਾ ਮੇਰਿਆ ਸਾਲਿਆ, ਹੀਰਾ ਕਿੱਥੇ ਆ? ਓਏ ਨਹੀਂ ਤੇ ਮਾਰ ਮਾਰ ਕੇ ਤੇਰੀ ਚਮੜੀ ਦੇੜ ਦੂੰਗਾ। ਓਏ ਗੰਜਿਆ, ਤੂੰ ਇੱਕ ਵਾਰੀ ਮੇਰੇ ਹੱਥ ਖੋਲ, ਓਏ ਫੇਰ ਦੇਖੀ ਜੱਟ ਦੀ ਸਪੀਡ। ਓਏ ਨੰਗਿਆ, ਓਏ
ਮੈਂ ਤੇਰੇ ਸਿਰ ਤੇ ਪਰਿੰਡਾਂ ਲੜਾ ਕੇ ਓਏ ਉੱਤੇ ਢੋਲਕੀ ਵਜਾਉਂਗਾ ਓਏ ਦਿਗੜ ਦਿਗੜ ਦਈ ਤਾ ਅੱਛਾ ਤੇਜਿਆ ਅੱਜ ਵੇਖੀ ਤੇਰੀਆਂ ਅੱਖਾਂ ਸਾਹਮਣੇ ਤੇਰੇ ਪੁੱਤਾਂ ਨੂੰ ਕਿਵੇਂ ਤੜਪਾਉਣਾ ਵਾ ਆ ਖਰਚਾ ਖਰਚਾ ਆ ਪਹਿਲਾਂ ਖੁਰਕਰੀ ਖੁਰਕ ਓ ਰੰਗਿਆ ਇਹਨੂੰ ਹੱਥ ਨਾਲ ਲਾਈ ਗੰਜਿਆ ਓਏ ਤੂੰ ਕੱਲੇ ਬੁੜੇ ਦੀ ਤਾਕਤ ਨੂੰ ਨਹੀਂ ਜਾਣਦਾ ਮੈਂ ਤਾਂ ਮੁੱਕਾ ਮਾਰ ਕੇ ਮੈਸ ਬਿਠਾ ਦਿੰਨਾ ਤੂੰ ਇੱਕ ਵਾਰ ਮੇਰੇ ਹੱਥ ਖੋਲ ਕੇ ਨਾ ਤੇ ਲੈ ਹੁਣ ਵੇਖ ਤੇਜੇ ਨੇ ਤੇਰੇ ਨਾਲ ਪੱਗ ਪਟਾਈ ਸੀ ਓਏ ਉਹਨੇ ਤੇਰੇ ਨਾਲ ਗਦਾਰੀ ਕੀਤੀ ਹੈ ਪਰ ਉਹ ਮਰ ਚੁੱਕਿਆ ਓਏ ਮੇਰੇ ਜਾਨੀ ਕੇ ਕੱਲੇ ਬੁੜੇ ਨੇ ਮੁੰਡੇ ਨੇ ਮੇਰਿਆ ਸਾਲਿਆ ਗੰਜਿਆ ਉਸਤਾਦ ਦੇ ਸਾਹਮਣੇ ਉਸਤਾਦ ਦੇ ਅੱਡੇ ਤੇ ਬੇਇੱਜ਼ਤੀ ਉਸਤਾਦ ਜੀ ਜੇ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਦੇ ਇੱਕ ਥਾਪੜਾ ਲਾ ਦਿਆ ਇਹਨਾਂ ਨੇ ਆਪਾਂ ਦੋਨਾਂ ਨੂੰ ਝੋਨੇ ਚ ਡਬੋ ਡਬੋ ਕੇ ਕੱਢਿਆ ਸੀਗਾ ਨਾਲੇ ਮੇਰੀ ਟੀ ਸ਼ਰਟ ਪਾੜੀ ਸੀ ਹੁਣ ਦੇਖਦੇ ਜਾਓ ਪਿੱਛੇ ਮਾਰ ਕਰਦਾ ਬਾਬੇ ਦਾੜੀ ਫ੍ਰੈਂਚ ਸਿਰ ਤੋਂ ਮੇਰੇ ਸਾਲੇ ਦਾ ਜਮੀ ਗੰਜਾ ਤੇਜਿਆ ਅੱਜ ਵੇਖੀ ਆਪਣੇ ਮੁੰਡਿਆਂ ਦੀ ਮੌਤ ਦਾ ਤਮਾਸ਼ਾ ਉਸਤਾਦ ਜੀ ਆ ਦੇਖੋ ਤਮਾਸ਼ਾ ਬੜੀ ਖਤਰਨਾਕ ਜਗ੍ਹਾ ਤੇਜਿਆ ਹੁਣ ਵੇਖ ਤਮਾਸ਼ਾ ਆਪਣੇ ਮੁੰਡਿਆਂ ਦੀ ਮੌਤ ਦਾ ਚੱਲ ਘੜੋਲੀ ਵੱਜਦੀ ਕਿਤ ਗਾਗਰ ਵੱਜਦੀ ਸੁਣ ਮੁੰਡਿਆ 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 ਛੇਤੀ ਤੋਂ ਛੇਤੀ ਸਾਡੀ ਫੈਮਿਲੀ ਨੂੰ ਰਿਹਾ ਕਰ ਦੇਵੇ ਨਹੀਂ ਤੇ ਮੈਂ ਤੇਰੇ ਗੋਲੀ ਠੋਕ ਦੇਣੀ ਆ ਹੈਪੀ ਓਏ ਖੋਲ ਦੇ ਖੋਲ ਦੇ ਓਏ ਛੇਤੀ ਕਰ ਮੇਰਾ ਕੁੜਮਜੀ ਨੂੰ ਖੋਲ ਦੋ ਮੇਰਾ ਜਵਾਈ ਨੂੰ ਖੋਲ ਦੋ ਛੇਤੀ ਕਰ ਤੇਰਾ ਤਾਂ ਮੈਂ ਲੌਣੀਆਂ ਛੁੱਟੇ ਖੜ ਜਾ ਫੜ ਜਾ ਮੇਰਾ ਸੋਇਆ ਬੈਠ ਮੈਂ ਤੇ ਨਾ ਤੈਨੂੰ ਉਤਨੇ ਸੜੀ ਕਿੰਨੀ ਵਾਰ ਕਹਿੰਦਾ ਮੈਂ ਕਹਿੰਦਾ 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 ਆਜੋ ਕੋਈ ਹੋਰ ਕਹਿ ਲੇ ਬੜੇ ਖਾਦਾ
ਗ੍ਰਿਫਤਾਰ ਕਰ ਲਓ ਇਹਨਾਂ ਨੂੰ। ਪੁਲਿਸ ਆ ਗਈ, ਪੁਲਿਸ ਆ ਗਈ, ਪੁਲਿਸ ਆ ਗਈ। ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ। ਨਹੀਂ ਥਾਣੇਦਾਰ ਸਾਹਿਬ, ਇਹ ਤੇਜਾ ਨਹੀਂ, ਤੇਜਾ ਤਾਂ ਮੇਰਾ ਪਗਵਟ ਭਰਾ ਸੀ, ਉਹ ਤਾਂ ਮਰ ਗਿਆ। ਇਹ ਸਰੀਰ ਤੇਜੇ ਦਾ ਹੈ ਪਰ ਇਸ ਵਿੱਚ ਆਤਮਕ ਕਈ ਲੇਬੜੇ ਦੀ ਹੈ। ਹਾਂ ਥਾਣੇਦਾਰ ਸਾਹਿਬ, ਇਹ ਸਾਡਾ ਬਾਪੂ ਹੈ ਜੀ, ਕੈਲਾ ਬੁੜਾ, ਜਮਾ ਅਸਲੀ, ਪਿਓਰ ਖਾਲਸ। ਲੈ ਬਾਪੂ ਹੀਰਾ, ਇਸਨੇ ਆਪਣੀ ਫੈਮਿਲੀ ਚ ਫਰਕ ਪਾ ਦਿੱਤਾ ਸੀ। ਲਓ ਥਾਣੇਦਾਰ ਸਾਹਿਬ, ਅਸੀਂ ਕੀ ਕਰਨਾ ਹੈ ਹੀਰਾ? ਉਹ ਇਹ ਤਾਂ ਕੋਹਿਨੂਰ ਦਾ ਹੀਰਾ, ਬਰਤਾਨੀਆ ਸਰਕਾਰ ਨੇ ਇਹਦੇ ਉੱਪਰ ਬਹੁਤ ਵੱਡਾ ਨਾਮ ਰੱਖਿਆ। ਇਸ ਨਾਮ ਦੀ ਹੱਕਦਾਰ ਤਾਂ ਕੈਲੇ ਬੁੜੇ ਦੀ ਫੈਮਿਲੀ ਆ, ਕੈਲੇ ਬੁੜੇ ਦੀ ਫੈਮਿਲੀ। ਪਰ ਇੱਕ ਹੀਰਾ ਤਾਂ ਮੈਂ ਵੀ ਲੈ ਕੇ ਆਇਆ ਸੀ ਬਈ, ਉਹ ਹੀਰਾ ਆ ਬਾਂਦਰ ਮੂੰਹ ਨੂੰ ਦੇ ਕੇ ਆਪਣੀ ਇਸ ਫੈਮਿਲੀ ਨੂੰ ਛੁਡਾ ਕੇ ਲੈ ਕੇ ਜਾਊ। ਮੈਂ ਸੋਚਿਆ ਇਸ ਕੱਚ ਦੇ ਟੁਕੜੇ ਦੀ ਕੀਮਤ ਮੇਰੇ ਇਹਨਾਂ ਰਿਸ਼ਤਿਆਂ ਨਾਲ ਜ਼ਿਆਦਾ ਨਹੀਂ ਹੋ ਸਕਦੀ। ਹਾਂ ਬਾਪੂ, ਦੋ ਹੀਰੇ ਥਾਣੇਦਾਰ ਸਾਹਿਬ, ਸਾਡੀ ਕੋਈ ਜਿੱਤਾ ਯਾਰ। ਭੈਣ ਦੇਣ ਦਿਆ, ਉਹ ਨਕਲੀ ਸੀ, ਅਸਲੀ ਹੀਰਾ ਤਾਂ ਅਸੀਂ ਉਸੇ ਦਿਨ ਹੀ ਛਪਾ ਦਿੱਤਾ ਸੀ। ਕੈਲਿਆ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਮਾਫ ਕਰ ਦੇ ਮੇਰਿਆ ਭਰਾਵਾ, ਇੱਕ ਵਾਰੀ ਮੇਰਾ ਵੀਰ ਸਿਰਫ ਤੇਜਾ ਬਣ ਕੇ ਮੇਰੇ ਗੱਲ ਲੱਗ ਜਾ ਭਰਾਵਾ, ਮੇਰੇ ਗੱਲ ਲੱਗ ਜਾ ਭਰਾਵਾ, ਲੱਗ ਜਾ ਬਾਪੂ, ਇਹਦੀ ਆਖਰੀ ਇੱਛਾ ਪੂਰੀ ਕਰ ਦੇ। ਆ ਥਾਣੇਦਾਰ ਸਾਹਿਬ, ਚਲੋ ਚਲੋ, ਆ ਆ ਆ ਵੀ ਲੈ ਜਾਓ, ਕਿਤੇ ਹੋਰ ਹੀ ਨਾ ਮੈਨੂੰ ਫੁੱਲਣ ਦੇ ਵੀ ਬੰਨਾ ਪੈ ਜੇ। ਚਲੋ ਲੈ ਚਲੋ ਨੂੰ, ਚਲੋ 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 ਚਲੋ, ਜਾਓ ਜਾਓ ਸਾਰੇ, ਚਲੋ ਜਾਓ ਸਾਰਾ ਜੀ, ਚਲ ਚਲ ਵੇ ਤੁਟੇ ਜਾ, ਚਲ ਚਲੋ ਭੱਜ, ਚਲੋ 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 ਚਲੋ। ਓਏ ਬਈ, ਅੱਜ ਕਸਮ ਲੱਗੇ, ਅੱਜ ਜੋਰਿਆ। ਓਏ ਮੱਤੀਆ, ਓਏ ਬਾਪੂ ਜੀ, ਤੁਸੀਂ ਅੱਜ ਅਸਲੀ ਸਹੁਰੇ ਵਾਲਾ ਫਰਜ਼ ਪੂਰਾ ਕਰਤਾ। ਲੈ ਸਤਿਕਾਰਯੋਗ ਪ੍ਰਾਹੁਣਾ ਜੀ, ਸਾਡੀ ਵੀ ਇੱਜ਼ਤ ਹੈ। ਪ੍ਰਾਹੁਣਾ ਜੀ, ਅੱਜ ਨਾ ਮੈਨੂੰ ਰੋਕਿਓ, ਅੱਜ ਖੁਸ਼ੀ ਦਾ ਮੌਕਾ ਹੈ, ਅੱਜ ਮੈਨੂੰ ਆਪਣੇ ਦਿਲ ਦੀ ਰੀਝ ਪਗਾ ਲੈਣ ਦਿਓ, ਮੈਂ ਤਾਂ ਨੱਚਣਾ ਵੀ ਜਾਣਦਾ ਤੇ ਨਚਾਉਣਾ ਵੀ ਜਾਣਦਾ, ਅੱਜ ਨਾ ਮੈਨੂੰ ਰੋਕਿਓ, ਮੈਨੂੰ ਬੋਲੀ ਪਾ ਲੈਣ ਦਿਓ। ਬਾਪੂ ਜੀ ਪਾ, ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਲੈਂਦਾ ਖਟਕੇ ਕੀ ਲੈਂਦਾ, ਹਾਏ ਮੈਂ ਭੁੱਲ ਗਈ, ਹਾਂ ਬਸ ਖਟਕੇ ਲਿਆਂਦਾ ਪੂਰਾ, ਹੁਣ ਸਾਨੂੰ ਮਾਫ ਕਰੋ। ਟਾਈਮ ਹੋ ਗਿਆ ਪੂਰਾ, ਹੁਣ ਸਾਨੂੰ ਮਾਫ ਕਰੋ, ਟਾਈਮ ਹੋ ਗਿਆ ਪੂਰਾ, ਹੁਣ ਸਾਨੂੰ ਮਾਫ ਕਰੋ, ਟਾਈਮ ਹੋ ਗਿਆ ਪੂਰਾ, ਹੁਣ ਸਾਨੂੰ।